ਦੀਪ ਬਾਈ ਦੇ ਪੈਰਾਂ ਵਰਗੇ ਵੀ ਨਹੀਂ ਹੋਣੇ ਜੇ ਤੁਸੀਂ ਨਾ ਲੱਖਾਂ ਸਿਧਾਣਾ, ਨਾ ਰੋਲਦੂ ਮਾਨਸਾ, ਨਾ ਰਾਜੇਵਾਲ। ਹਜ਼ਾਰਾਂ ਮੁੰਡੇ ਹਜੇ ਵੀ ਕੇਸ ਭੁਗਤਣ ਜਾਂਦੇ ਨੇ ਦਿੱਲੀ ਜਾਂ ਕਿਤੇ ਹੋਰ ਜਿੱਥੇ ਜਿੱਥੇ ਉਹਨਾਂ ਦੇ ਕੇਸ ਪਏ ਆ। ਇਹ ਰੋਲਦੂ ਸਿੰਘ ਮਾਨਸਾ ਨੂੰ ਪੁੱਛੋ, ਕਰਾ ਲਏ ਕੇਸ ਵਾਪਸ? 2 ਸਾਲ ਦੇ ਘਰੇ ਬੈਠੇ ਹੋ ਤੁਸੀਂ, ਤੁਹਾਡੇ ਦਾ ਸਾਰਾ ਕੁਛ ਹੋ ਗਿਆ ਵਾਪਸ। ਉਹ ਗਰੀਬ ਮਾਂ ਦੇ ਪੁੱਤ ਦਿੱਲੀ ਕਿਵੇਂ ਜਾਂਦੇ ਹੋਣਗੇ? ਕਈ ਬੰਦਿਆਂ ਕੋਲ ਤਾਂ ਕਿਰਾਇਆ ਭਾੜਾ ਵੀ ਹੈ ਨੀ, ਕੀ ਦਿੱਤਾ ਇਹਨਾਂ ਨੇ? ਮੈਂ ਰੋਲਦੂ ਸਿੰਘ ਮਾਨਸਾ ਨੂੰ ਸਵਾਲ ਕਰਦਾ, ਦਰਬਾਰ ਸਾਹਿਬ ਆ ਜਾ, ਰਾਜੇਵਾਲ ਵੀ ਆ ਜਾਵੇ, ਜਿਹੜੇ ਤੁਹਾਡੇ ਹੋਰ ਸੀਗੇ 4-5 ਮੇਨ ਬਣੇ ਹੋਏ ਸਾਰੇ ਆ ਜਾਓ ਦਰਬਾਰ ਸਾਹਿਬ ਦੇ ਵਿੱਚ ਬਹਿ ਕੇ ਹਿਸਾਬ ਦੋ ਕੱਲੇ ਕੱਲੇ ਪੈਸੇ ਦਾ ਬਾਹਰਲੇ ਦਾ। ਇਹ ਬੈਠਾ ਇੰਟਰਵਿਊ ਦੇ ਵਿੱਚ ਦੀਪ ਬਾਈ ਨੂੰ ਭੰਡੀ ਜਾਂਦਾ, ਮੈਂ ਹੈਰਾਨ ਆ। ਲੋਕੀ ਚੁੱਪ ਕਿਉਂ ਨੇ? ਦੀਪ ਬਾਈ ਦੇ ਜਿਹੜੇ ਦੀਪ ਬਾਈ ਨੂੰ ਪਿਆਰ ਕਰਦੇ ਨੇ ਉਹ ਚੁੱਪ ਕਿਉਂ ਨੇ? ਜਵਾਬ ਕਿਉਂ ਨਹੀਂ ਦਿੰਦੇ? ਇਹ ਹਜੇ ਵੀ ਕਹਿ ਰਿਹਾ ਵਾ ਕਿ ਬੀਜੇਪੀ ਦੇ ਹਿਸਾਬ ਨਾਲ ਚੜ ਰਹੇ ਸੀ ਉਹ, ਇਹਨੂੰ ਸ਼ਰਮ ਨਹੀਂ ਆਉਂਦੀ ਤੈਨੂੰ? 3,000 ਕਰੋੜ ਰੁਪਏ ਦਾ ਇਲਜ਼ਾਮ ਕਿੱਥੇ ਲੱਗਿਆ ਸੀ? ਆਪਣੇ ਰਾਜੇਵਾਲ ਹੁੰਦਾ ਤੇ ਰੋਲਦੂ ਸਿੰਘ ਮਾਨਸਾ ਤੇ ਡੱਲੇਵਾਲ ਸਾਹਿਬ ਨੇ ਇਲਜ਼ਾਮ ਲਾਇਆ ਸੀ, ਨਾ ਕਿ ਦੀਪ ਬਾਈ ਤੇ ਲੱਗਿਆ ਸੀ ਇਲਜ਼ਾਮ। ਤੇ ਤੇਰੇ ਵਰਗੇ ਜਦੋਂ ਮਰਦੇ ਨੇ, ਰਾਜੇਵਾਲ ਵਰਗੇ ਜਾਂ ਤੇਰੇ ਵਰਗੇ ਰੋਲਦੂ ਮਾਨਸੇ ਵਰਗੇ ਮਰਦੇ ਆ ਨਾ, ਕੋਈ ਪਿੰਡ ਤਾਂ ਨਹੀਂ ਜਾਂਦਾ ਉਹਨਾਂ ਨੂੰ? ਕਿ ਹਜੇ ਵੀ ਇਹ ਬੰਦਾ ਕਹੀ ਜਾਂਦਾ ਕਿ ਬੀਜੇਪੀ ਨੇ ਕਰਵਾਇਆ ਸੀ ਉਹ ਸਾਰਾ ਕੰਮ? ਕੀ ਸਬੂਤ ਆ ਤੇਰੇ ਕੋਲ? ਤੇ ਸਵਾਲ ਕਰੋ ਰਫਤਾਰ ਨੂੰ, ਪੁੱਛਿਓ ਰਫਤਾਰ ਨੂੰ, ਰਫਤਾਰ ਰਾਏ ਬੋਪਾ ਰਾਏ ਫੁਰਦਾਲਾ। ਦੇਖੋ ਤੁਸੀਂ ਹਾਲ, ਇਹ ਬਣੇ ਫਿਰਦੇ ਨੇ ਬਾਹਰ, ਸਮਾਜ ਸੇਵਾ ਕਰਦੇ ਨੇ, ਪਹਿਲਾਂ ਆਪਣਾ ਪਿੰਡ ਤਾਂ ਸਾਫ਼ ਕਰ ਲਓ। ਰਫਤਾਰ ਨੂੰ ਕਹਿ ਬਾਹਰ ਤਾਂ ਜਾ ਕੇ ਤੂੰ ਤੀਜੇ ਜ਼ਿਲ੍ਹੇ ਤੇ ਜ਼ਿਲ੍ਹਾ ਜਾ ਕੇ ਆਪਣੇ ਬੜਕਾ ਮਾਰਦਾ, ਪਹਿਲਾਂ ਆਪਣੇ ਚਾਚੇ ਨੂੰ ਪੁੱਛ, ਤੇਰਾ ਸਕਾ ਚਾਚਾ 2 ਨੰਬਰ 'ਚ ਬੰਦੇ ਭੇਜਦਾ ਫਿਲਪਾਈਨ 'ਚ। ਇਹ ਕਹਿ ਸਕਦਾ ਕਿ ਮੇਰੀ ਕੋਈ ਗਲਤੀ ਨਹੀਂ ਰਫਤਾਰ ਕਹੂਗਾ? ਫਿਰ ਰਫਤਾਰ ਨੂੰ ਇਹ ਵੀ ਤਾਂ ਪੁੱਛੋ ਕਿ ਤੇਰਾ ਸਕਾ ਚਾਚਾ ਤਾਂ ਏਜੰਟੀ ਕਰਦਾ, ਤੂੰ ਬਾਹਰ ਜਾ ਕੇ ਕਿਸੇ ਹੋਰ ਦੀਆਂ ਜ਼ਿੰਮੇਵਾਰੀਆਂ ਚੱਕਦਾ, ਏਜੰਟਾਂ ਨੂੰ ਚੋਰ ਦੱਸਦਾ ਬਾਹਰ ਜਾ ਕੇ, ਫਿਰ ਤੇਰਾ ਏਜੰਟ ਚਾਚਾ ਵੀ ਚੋਰ ਹੋਇਆ ਫਿਰ ਤਾਂ? ਫਿਰ ਮੈਂ ਇੱਕ ਲੱਖੇ ਸਿਧਾਣੇ ਨੂੰ ਮੇਰਾ ਝੂਠ ਸਵਾਲ ਆ, ਇਸ ਗੱਲ ਦਾ ਜਵਾਬ ਦੇ ਦੇਵੇ ਕਿ ਲੱਖੇ ਸਿਧਾਣੇ ਦੀ ਜਦੋਂ ਗ੍ਰਿਫਤਾਰੀ ਹੋਣ ਲੱਗੀ ਸੀ, ਭਾਈ ਅੰਮ੍ਰਿਤਪਾਲ ਸਿੰਘ ਸਾਰਾ ਕੰਮ ਕਾਰ ਛੱਡ ਕੇ ਉਹਦੇ ਪਿੰਡ ਬਹਿ ਗਏ ਸੀ ਕਿ ਕਰੋ ਗ੍ਰਿਫਤਾਰ ਕਿਵੇਂ ਕਰਦੇ ਹੋ? ਤੇ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਹੋਏ ਆ, ਲੱਖੇ ਸਿਧਾਣੇ ਨੇ ਇੱਕ ਵਾਰ ਵੀ ਸਾਥ ਨਹੀਂ ਦਿੱਤਾ, ਇੱਕ ਵਾਰ ਵੀ ਧਰਨਾ ਨਹੀਂ ਲਾਇਆ ਕਿਤੇ ਵੀ, ਦੱਸ ਦਿਓ ਮੈਨੂੰ ਕਿਤੇ ਵੀ ਲਾਇਆ ਹੋਵੇ। ਮੈਂ ਤਾਂ ਹੀ ਕਹਿੰਦਾ ਜੇ ਭਾਨਾ ਸਾਡੀ ਇਹੀ ਆ, ਜੇ ਭਾਨਾ ਸਿੱਧੂ ਬਾਹਰ ਆਊ, ਫਿਰ ਡਾਕਟਰ ਗੁਰਿੰਦਰ ਵੀ ਬਾਹਰ ਆਊ, ਭਾਈ ਅੰਮ੍ਰਿਤਪਾਲ ਸਿੰਘ ਵੀ ਬਾਹਰ ਆਉਣਗੇ, ਪ੍ਰਧਾਨ ਮੰਤਰੀ ਬਾਜੇ ਕੇ ਵੀ ਆਊਗਾ ਬਾਹਰ। ਨਾਮ ਰੱਖਿਆ ਹੋਇਆ ਵਾ ਰਾਜ ਸਿੰਘ ਖਾਲਸਾ, ਰਾਜ ਸਿੰਘ ਖਾਲਸਾ। ਦੇਖੋ ਨਾਮ ਕਿੱਡਾ ਆਪਣਾ, ਖਾਲਸਾ ਸ਼ਬਦ ਆ ਗਿਆ ਜਿੱਥੇ, ਕਿੱਡਾ ਪਵਿੱਤਰ ਸ਼ਬਦ ਆ ਉਹ। ਆਪਾਂ ਨਾਮ ਰੱਖ ਕੇ ਤੇ ਸਾਰਾ ਦਿਨ ਆਪਾਂ ਲੋਕਾਂ ਨੂੰ ਝੂਠ ਵੰਡੀ ਜਾਂਦੇ ਹਾਂ, ਉਸ ਨਾਮ ਦੇ ਉੱਪਰ ਸਾਰਾ ਦਿਨ ਆਪਾਂ ਲੋਕਾਂ ਨੂੰ ਝੂਠ ਵੰਡਦੇ ਹਾਂ ਲਾਈਵ ਹੋ ਕੇ। ਸਤਿ ਸ਼੍ਰੀ ਅਕਾਲ ਜੀ, ਹੋਰ ਸਭ ਠੀਕ ਠਾਕ ਹੋ ਜੀ? ਆ ਤੁਸੀਂ ਉੱਪਰ ਡਿਸਕ੍ਰਿਪਸ਼ਨ ਪੜ੍ਹ ਹੀ ਲਿਆ ਹੋਣਾ ਜੀ, ਰੁਲਦੂ ਸਿੰਘ ਮਾਨਸਾ, ਰਫਤਾਰ ਅਤੇ ਲੱਖਾਂ ਸਿਧਾਣਾ ਨੂੰ ਸਵਾਲ ਜਵਾਬ। ਦੇਖੋ ਪਰਸੋਂ ਦੀ ਇੱਕ ਇੰਟਰਵਿਊ ਹੋਈ ਸੀ, ਪੇਜ ਦਾ ਨਾਮ ਸੀਗਾ ਜਸਵੀਰ ਸਿੰਘ ਟਾਕਸ, ਉਸ ਵੀਰ ਨੇ ਇੱਕ ਇੰਟਰਵਿਊ ਲਈ ਸੀ ਰੁਲਦੂ ਸਿੰਘ ਮਾਨਸਾ ਦੀ। ਅਤੇ ਮੈਂ ਹਜੇ ਤੱਕ ਹੈਰਾਨ ਹਾਂ ਕਿ ਦੀਪ ਸਿੱਧੂ ਬਾਈ ਨੂੰ ਜਿਹੜੇ ਬੰਦੇ ਪਿਆਰ ਕਰਦੇ ਆ ਉਹ ਹਜੇ ਤੱਕ ਚੁੱਪ ਕਿਉਂ ਨੇ? ਕਿ ਉਹਨਾਂ ਨੇ ਦੇਖੀ ਨੇ ਹਜੇ ਉਹ ਇੰਟਰਵਿਊ ਕਿ ਰੁਲਦੂ ਸਿੰਘ ਮਾਨਸਾ ਨੇ ਕੀ ਉਹਦੇ ਵਿੱਚ ਕਿਹਾ ਵਾ ਜਾਂ ਕਿਹੜੇ ਕਿਹੜੇ ਬਿਆਨ ਦਿੱਤੇ ਨੇ? ਮੈਂ ਹੈਰਾਨ ਹਾਂ ਕਿ ਆਪਾਂ ਚੁੱਪ ਕਿਉਂ ਹਜੇ ਤੱਕ ਯਾਰ? ਫਿਰ ਸਿਰਫ ਨਾਮ ਦਾ ਹੀ ਪਿਆਰ ਆ ਆਪਣਾ, ਕਿ ਆਪਾਂ ਬਾਈ ਨੂੰ ਸਿਰਫ ਨਾਮ ਨਾਲੇ ਪਿਆਰ ਕਰਦੇ ਹਾਂ, ਊਂ ਆਪਣਾ ਕੋਈ ਉਹਨੂੰ ਹੈ ਨਹੀਂ ਕਿ ਜਵਾ ਤੁਸੀਂ ਕਿਸੇ ਨੇ ਵੀ ਹਜੇ ਤੱਕ, ਪਿਛਲੇ 3 ਦਿਨ ਹੋ ਗਏ ਇੰਟਰਵਿਊ ਆਈ ਨੂੰ, ਪਿਛਲੇ 3 ਦਿਨਾਂ ਦਾ ਕਿਸੇ ਨੇ ਵੀ ਲਾਈਵ ਹੋ ਕੇ ਜਵਾਬ ਨਹੀਂ ਦਿੱਤਾ ਰੁਲਦੂ ਸਿੰਘ ਮਾਨਸਾ ਨੂੰ, ਜਾਂ ਤੋਂ ਸਵਾਲ ਨਹੀਂ ਕੀਤੇ ਰੁਲਦੂ ਸਿੰਘ ਮਾਨਸਾ ਨੂੰ ਜੋ ਉਹਨੇ ਬਾਈ ਬਾਰੇ ਬੋਲਿਆ ਵਾ। ਦੇਖੋ ਰੁਲਦੂ ਸਿੰਘ ਮਾਨਸਾ ਨੇ ਆਪਣੀ ਇੰਟਰਵਿਊ ਦੇ ਵਿੱਚ ਕਿਹਾ ਵਾ ਕਿ ਲਾਲ ਕਿਲੇ ਦੇ ਉੱਪਰ ਜਿਹੜੇ ਬੰਦੇ ਗਏ ਸੀ
ਜਿਹੜੇ ਵੀ ਬੰਦੇ ਉਹਨੇ ਨਾਮ ਤਾਂ ਲਿਆ ਨਹੀਂ, ਉਹਨੇ ਹੁਣ ਇਸ਼ਾਰਾ ਤਾਂ ਕਰਤਾ ਤੁਹਾਨੂੰ, ਮੈਂ ਸਾਰੀ ਸਪਸ਼ਟ ਜਿਹੀ ਗੱਲ ਦੱਸਦਾ। ਰਲਦੂ ਸਿੰਘ ਮਾਨਸਾ ਨੇ ਆਪਣੇ ਸਾਫ ਇੰਟਰਵਿਊ ਦੇ ਵਿੱਚ ਕਿਹਾ ਵਾ ਕਿ ਲਾਲ ਕਿਲੇ ਦੇ ਉੱਪਰ ਜਿਹੜੇ ਬੰਦੇ ਗਏ ਸੀ ਉਹ ਅੰਦੋਲਨ ਨੂੰ ਖਰਾਬ ਕਰਨ ਲਈ ਉੱਥੇ ਗਏ ਸੀ, ਅਤੇ ਉਹ ਸਾਰੇ ਬੀਜੇਪੀ ਦੀ ਬਣੀ ਹੋਈ ਤਾਣੀ ਦੇ ਹਿਸਾਬ ਨਾਲ ਚੱਲ ਰਹੇ ਸੀ, ਬੀਜੇਪੀ ਦੇ ਪਲੈਨ ਦੇ ਨਾਲ ਚੱਲ ਰਹੇ ਸੀ। ਇਹ ਰਲਦੂ ਸਿੰਘ ਮਾਨਸੇ ਨੇ ਪਰਸੋਂ ਇੰਟਰਵਿਊ ਦੇ ਵਿੱਚ ਬਕਾਇਦਾ ਕਿਹਾ, ਜਸਵੀਰ ਸਿੰਘ ਟਾਕ ਨਾਮ ਦਾ ਪੇਜ ਆ, ਉਹਦੇ 'ਤੇ ਇੰਟਰਵਿਊ ਪਈ ਆ, ਹਜੇ ਵੀ ਪਰਸੋਂ ਆਈ ਆ ਲੇਟੈਸਟ, ਉਹਦੇ ਵਿੱਚ ਕਿਹਾ ਵਾ ਉਹਨੇ ਰਲਦੂ ਸਿੰਘ ਮਾਨਸਾ ਨੇ ਕਿ ਲਾਲ ਕਿਲੇ ਦੇ ਉੱਪਰ ਜੋ ਹੋਇਆ ਸੀ ਅਤੇ ਜੋ ਜਿਹੜੇ ਜਿਹੜੇ ਬੰਦੇ ਉੱਥੇ ਗਏ ਸੀ ਉਹ ਸਾਰੇ ਬੀਜੇਪੀ ਦੇ ਪਲੈਨ ਦੇ ਹਿਸਾਬ ਨਾਲ ਕੰਮ ਕਰ ਰਹੇ ਸੀ ਅਤੇ ਉਹ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੇ ਸੀ ਅਤੇ ਅੰਦੋਲਨ ਨੂੰ ਖੰਡੇਰਨਾ ਚਾਹੁੰਦੇ ਸੀ। ਅਤੇ ਉਹਨੇ ਨਾ ਦੇਖੋ ਤੁਹਾਨੂੰ ਆਪਾਂ ਸਭ ਨੂੰ ਪਤਾ ਵਾ ਕਿ ਲਾਲ ਕਿਲੇ ਦੇ ਉੱਪਰ ਦੀਪ ਬਾਈ ਗਿਆ ਸੀ, ਠੀਕ ਨਹੀਂ, ਦੀਪ ਬਾਈ ਗਿਆ ਸੀ। ਚਲੋ ਦੀਪ ਬਾਈ ਨੂੰ ਸਭ ਨੇ ਬੁਰਾ ਭਲਾ ਕਿਹਾ, ਬਾਈ ਨੇ ਪਰ ਆਪਣੇ ਆਪ ਨੂੰ ਸਾਬਤ ਕਰਤਾ ਕਿ ਮੈਂ ਸੱਚਾ ਵਾਂ ਅਤੇ ਮੈਂ ਪੰਜਾਬ ਦਾ ਪੁੱਤ ਹਾਂ, ਅਤੇ ਸਾਰੀ ਦੁਨੀਆ ਵਿੱਚ ਸਾਬਤ ਹੋ ਗਿਆ 26 ਜਨਵਰੀ ਤੋਂ ਬਾਅਦ। ਦੇਖੋ ਬਾਈ ਗਿਆ ਸੀ, ਸਭ ਨੂੰ ਪਤਾ ਕਿ ਬਾਈ ਗਿਆ ਸੀ, ਬਾਈ ਦੇ ਨਾਲ ਹੋਰ ਵੀਰ ਜਿਹੜੇ ਗਏ ਸੀ, ਮੈਂ ਇੱਕ ਪਹਿਲਾਂ ਤਾਂ ਉਹਨਾਂ ਨੂੰ ਮੈਂ ਸਲਿਊਟ ਕਰਦਾ ਜਿਹੜੇ ਗਏ ਸੀ ਉੱਥੇ, ਠੀਕ ਨਹੀਂ। ਅਤੇ 26 ਜਨਵਰੀ ਤੋਂ ਬਾਅਦ ਬਾਈ ਨੇ ਕੀ ਕੁਛ ਝੱਲਿਆ ਸਭ ਨੂੰ ਪਤਾ ਵਾ, ਕਿਵੇਂ ਆਪਣੇ ਕੁੱਲੀ ਦੇ ਵਿੱਚ ਬਹਿ ਕੇ ਸੰਤਰੇ ਖਾ ਕੇ ਪੰਜ ਪੰਜ ਚਾਰ ਚਾਰ ਤਿੰਨ ਸਿਰ ਪਾਣੀ ਜਾਂ ਸੰਤਰੇ ਖਾ ਕੇ ਗੁਜ਼ਾਰਨੇ। ਇੱਕ ਬੰਦਾ ਜਿਹੜਾ ਸਟਾਰ ਬੰਦਾ ਜਿਹੜਾ 5 ਸਟਾਰ ਦੀ ਜ਼ਿੰਦਗੀ ਛੱਡ ਕੇ ਆਪਣੇ ਲੋਕਾਂ ਲਈ ਸੜਕ 'ਤੇ ਆਇਆ ਸੀ, ਉਸ ਬੰਦੇ ਲਈ ਕਿੰਨਾ ਔਖਾ ਵਾ ਭੁੱਖੇ ਪਿਆਸੇ ਰਹਿਣਾ। ਆਪਣੇ ਲੋਕਾਂ ਲਈ ਉਹ ਬੈਠਾ ਸੀ ਨਾ, ਉਹ ਬੰਦਾ 5 ਸਟਾਰ ਜ਼ਿੰਦਗੀ ਛੱਡ ਕੇ ਆ ਕੇ ਸੜਕ 'ਤੇ ਬਹਿ ਗਿਆ ਸੀ ਉਹ ਬੰਦਾ ਆ ਕੇ ਆਪਣੇ ਲੋਕਾਂ ਲਈ, ਅਤੇ ਆਪਣੇ ਇਹ ਜਿਹੜੇ ਆਪਣੇ ਆਪ ਮੂਹਰੇ ਲਾਏ ਹੋਏ ਸੀ ਰਲਦੂ ਸਿੰਘ ਮਾਨਸਾ ਰਾਜੇਵਾਲ ਵਰਗੇ, ਇਹਨਾਂ ਨੇ ਕੀ ਸਰਟੀਫਿਕੇਟ ਦਿੱਤੇ ਸੀ ਗੱਦਾਰੀ ਦੇ, ਅਤੇ ਅੱਜ ਵੀ ਪਰਸੋਂ ਵੀ ਇਹਨੇ ਬਾਈ ਨੂੰ ਗੱਦਾਰ ਦਾ ਕਿਹਾ ਵਾ, ਗੱਦਾਰ ਦਾ ਸ਼ਬਦ ਵਰਤਿਆ ਨੇ ਪਰਸੋਂ ਆਪਣੀ ਇੰਟਰਵਿਊ ਦੇ ਵਿੱਚ। ਚੈੱਕ ਕਰ ਲਓ ਜਸਵੀਰ ਸਿੰਘ ਟਾਕ ਨਾਮ ਦਾ ਪੇਜ ਆ, ਰਲਦੂ ਸਿੰਘ ਮਾਨਸੇ ਦੀ ਇੰਟਰਵਿਊ ਹੋਈ ਆ, ਉਹਦੇ 'ਤੇ ਸਰੇਆਮ ਕਹਿੰਦਾ ਪਿਆ ਕਿ ਲਾਲ ਕਿਲੇ ਦੇ ਉੱਪਰ ਜਿਹੜਾ ਬੰਦਾ ਗਿਆ ਸੀ ਉਹ ਬੀਜੇਪੀ ਦੇ ਪਲੈਨ ਦੇ ਹਿਸਾਬ ਨਾਲ ਚੱਲ ਰਿਹਾ ਸੀ ਅਤੇ ਉਹ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦਾ ਸੀ। ਆਪਾਂ ਸਭ ਨੂੰ ਪਤਾ ਕਿ ਉੱਥੇ ਦੀਪ ਬਾਈ ਗਿਆ ਸੀ, ਦੀਪ ਬਾਈ ਦੇ ਨਾਲ ਜਿਹੜੇ ਉਹਨਾਂ ਨਾਲ ਜੁੜੇ ਹੋਏ ਸੀ ਵੀਰ ਉਹ ਗਏ ਸੀ। ਮੇਰਾ ਹੁਣ ਰਲਦੂ ਸਿੰਘ ਮਾਨਸਾ ਨੂੰ ਇੱਕ ਸਵਾਲ ਆ, ਦੇਖੋ ਦੀਪ ਬਾਈ ਨੇ ਤਾਂ ਆਪਣੇ ਆਪ ਨੂੰ ਪਰੂਫ ਕਰਤਾ ਸੀ ਕਿ ਮੈਂ ਸੱਚਾ ਵਾਂ, ਠੀਕ ਨਹੀਂ, ਦੀਪ ਬਾਈ ਨੇ ਤਾਂ ਪਰੂਫ ਕਰਤਾ ਸੀ ਕਿ ਮੈਂ ਸੱਚਾ ਵਾਂ ਅਤੇ ਮੈਂ ਪੰਜਾਬ ਦਾ ਪੁੱਤ ਹਾਂ, ਉਹਨੇ ਤਾਂ ਸਾਬਤ ਕਰਤਾ ਸੀ, ਉਹਨੇ ਕੰਮ ਕਰਕੇ ਦਿਖਾਇਆ ਨਾ, ਮੈਨੂੰ ਗੱਲਾਂ ਨਹੀਂ ਮਾਰੀਆਂ ਰਾਜੇਵਾਲ ਜਾਂ ਰਲਦੂ ਸਿੰਘ ਮਾਨਸੇ ਵਾਂਗੂ, ਗੱਲਾਂ ਨਹੀਂ ਮਾਰੀਆਂ, ਅੰਦੋਲਨ ਨੂੰ ਵੇਚਿਆ ਨਹੀਂ ਹੈਗਾ, ਠੀਕ ਨਹੀਂ। ਉਹ ਦੇਖੋ ਦੀਪ ਬਾਈ ਨੂੰ ਅੱਜ ਪੂਰੀ ਦੁਨੀਆ, ਮੈਂ ਕਹਿੰਦਾ ਪੂਰੀ ਦੁਨੀਆ ਦੇ ਵਿੱਚ ਗੱਲਾਂ ਹੁੰਦੀਆਂ ਕਿ ਉਹ ਇੱਕ ਉਹਜਾ ਬੰਦਾ ਪੰਜਾਬ ਨੂੰ ਮਿਲਣਾ ਨਹੀਂ, ਉਸ ਦਰਵੇਸ਼ ਬੰਦੇ ਨੂੰ। ਇਸ ਬੰਦੇ ਨੇ ਪਰਸੋਂ ਵੀ ਬਿਨਾਂ ਨਾਮ ਲਏ ਇਸ਼ਾਰਾ ਉਹਦੇ 'ਤੇ ਹੀ ਕੀਤਾ ਇਸ ਬੰਦੇ ਨੇ। ਮੈਂ ਇੱਕ ਸਵਾਲ ਕਰਦਾ ਰਲਦੂ ਸਿੰਘ ਮਾਨਸਾ ਨੂੰ ਕਿ ਦੇਖੋ ਉਹ ਬੰਦਾ ਤਾਂ ਕਰੋੜਾਂ ਰੁਪਈਆ ਛੱਡ ਕੇ ਆ ਕੇ ਸੜਕਾਂ 'ਤੇ ਬਹਿ ਗਿਆ, ਅਤੇ ਤੁਸੀਂ ਲੋਕ ਸੜਕ ਤੋਂ ਉੱਠ ਕੇ ਕਿੱਥੇ ਬਹਿ ਗਏ ਜਾ ਕੇ? ਦੇਖੋ ਹੋਟਲਾਂ 'ਚ ਰਹਿੰਦੇ ਸੀ ਤੁਸੀਂ ਲੋਕ, ਹੋਟਲਾਂ 'ਚ, ਠੀਕ ਨਹੀਂ, ਗਏ ਤੁਸੀਂ ਟਰੈਕਟਰਾਂ 'ਤੇ ਸੀ, ਆਏ ਤੁਸੀਂ ਫੋਰਚੂਨਰਾਂ 'ਤੇ, ਠੀਕ ਨਹੀਂ, ਦੱਸੋ ਕਿਹੜਾ ਗਦਾਰ ਹੋਇਆ ਫਿਰ? 3000 ਕਰੋੜ ਰੁਪਏ ਦਾ, 3000 ਕਰੋੜ ਰੁਪਏ ਦਾ ਇਲਜ਼ਾਮ ਕਿੱਥੇ ਲੱਗਿਆ ਸੀ? ਆਪਣੇ ਰਾਜੇਵਾਲ ਹੁੰਦਾ ਅਤੇ ਰਲਦੂ ਸਿੰਘ ਮਾਨਸਾ ਅਤੇ ਡੱਲੇਵਾਲ ਸਾਹਿਬ ਨੇ ਇਲਜ਼ਾਮ ਲਾਇਆ ਸੀ, ਨਾ ਕਿ ਦੀਪ ਬਾਈ 'ਤੇ ਲੱਗਿਆ ਸੀ ਇਲਜ਼ਾਮ, ਠੀਕ ਨਹੀਂ। ਤੁਸੀਂ ਹਜੇ ਵੀ ਉਸ ਦਰਵੇਸ਼ ਬੰਦੇ ਨੂੰ ਹਜੇ ਵੀ ਤੁਸੀਂ ਭੰਡੀ ਜਾਂਦੇ ਹੋ, ਮੈਂ ਹੈਰਾਨ ਹਾਂ ਯਾਰ, ਤੁਸੀਂ ਜਿਹੜੇ ਦੀਪ ਬਾਈ ਨੂੰ ਪਿਆਰ ਕਰਨ ਵਾਲੇ ਹਜੇ ਤੱਕ ਚੁੱਪ ਬੈਠੇ ਨੇ, ਕਿਉਂ ਚੁੱਪ ਬੈਠੇ ਹੋ ਯਾਰ?
ਕਿਉਂ ਨਹੀਂ ਸਵਾਲ ਜਵਾਬ ਕਰਦੇ ਕਿ ਬਸ ਤੁਸੀਂ ਦੀਪ ਬਾਈ ਨੂੰ ਸਿਰਫ ਪਿਆਰ ਨਾਮ ਤੇ ਹੀ ਰਹੇਗਾ ਤੁਹਾਡਾ। ਦੀਪ ਬਾਈ ਉਹ ਬੰਦਾ ਸੀ, ਉਹ ਬੰਦਾ ਜਿਹਨੇ ਵੀ ਉਹਦੇ ਜੱਫੀ ਪਾਈ ਜਾਂ ਪਿਆਰ ਨਾਲ ਉਹਦੇ ਤੇ ਹੱਥ ਰੱਖਿਆ ਉਹ ਬੰਦਾ ਸੋਨਾ ਬਣ ਗਿਆ ਸੋਨਾ। ਅੱਜ ਉਹ ਸੋਨਾ ਕਿੱਥੇ ਆ? ਅੱਜ ਉਹ ਬੰਦਾ ਰੁਲਦੂ ਸਿੰਘ ਮਾਨਸਾ ਜਿਹੜੇ ਬੰਦੇ ਨੇ ਇੰਨੇ ਸੋਨੇ ਸੋਨਾ ਲੋਕ ਬਣਾਤੇ, ਤੇ ਅੱਜ ਉਹ ਬੰਦੇ ਨੂੰ ਮਿੱਟੀ ਕਰ ਰਿਹਾ ਵੈਸੇ ਰੁਲਦੂ ਸਿੰਘ ਮਾਨਸਾ। ਕਿਉਂ ਚੁੱਪ ਬੈਠੀਆਂ ਜਥੇਬੰਦੀਆਂ ਜਿਹੜੇ ਦੀਪ ਬਾਈ ਦੀਆਂ ਜਥੇਬੰਦੀਆਂ ਨੇ ਨਾਮ ਦੀਆਂ ਬਣੀਆਂ ਹੋਈਆਂ, ਉਹ ਕਿਉਂ ਚੁੱਪ ਬੈਠੀਆਂ? ਕਿਉਂ ਨਹੀਂ ਜਵਾਬ ਦਿੱਤਾ? ਕਿਉਂ ਨਹੀਂ ਪੁੱਛਦੇ ਇਹਨੂੰ ਰੁਲਦੂ ਸਿੰਘ ਮਾਨਸੇ ਨੂੰ ਕਿ ਭਾਈ ਤੂੰ ਆਹ ਸਟੇਟਮੈਂਟ ਦਿੱਤੀ ਹੈ ਪਰਸੋਂ, ਕੀ ਮਤਲਬ ਤੇਰਾ ਬਣਦਾ ਸਟੇਟਮੈਂਟ ਦੇਣ ਦਾ? ਹੁਣ ਰੁਲਦੂ ਸਿੰਘ ਮਾਨਸਾ ਨੂੰ ਮੈਂ ਇੱਕ ਗੱਲ ਪੁੱਛਦਾ, ਜਿਹੜੇ ਉੱਥੇ ਮਾਵਾਂ ਦੇ ਪੁੱਤ ਇਹ ਸ਼ਹੀਦ ਕਹਿੰਦੇ ਨੇ, ਮੈਂ ਸ਼ਹੀਦ ਨਹੀਂ ਕਹੂੰਗਾ, ਮੈਂ ਕਹੂੰਗਾ ਉੱਥੇ ਮਰ ਗਏ। ਕਿਉਂਕਿ ਸ਼ਹੀਦ ਉਦੋਂ ਹੁੰਦੇ ਆ ਜਦੋਂ ਉਹਨਾਂ ਨੂੰ ਕੋਈ ਸਨਮਾਨ ਮਿਲਿਆ ਹੋਵੇ, ਜੇ ਉਹਨਾਂ ਨੂੰ ਬਣਦੀ ਇੱਜ਼ਤ ਮਿਲੀ ਹੋਵੇ। ਜਿਹੜੇ ਉੱਥੇ 750 ਮੁੰਡਾ ਸਾਡੇ ਕਿਸਾਨੀ ਅੰਦੋਲਨ ਦੇ ਵਿੱਚ ਮਰ ਗਿਆ, ਰੁਲਦੂ ਸਿੰਘ ਮਾਨਸੇ ਨੇ ਉਹਦੇ ਉਹਨਾਂ ਲਈ ਕੀ ਕੀਤਾ? ਰਾਜੇਵਾਲ ਨੇ ਕੀ ਕੀਤਾ? ਕੀ ਉਹਨਾਂ ਲਈ ਧਰਨਾ ਲਾਇਆ? ਕਿਹੜਾ ਧਰਨਾ ਲਾਇਆ ਦੱਸੋ? 750 ਮੁੰਡਾ, 750 ਮੁੰਡਾ ਜਿਹੜਾ ਆਪਣੇ ਮਰ ਗਿਆ। ਕਿਉਂਕਿ ਮੈਂ ਸ਼ਹੀਦ ਨਹੀਂ ਕਹੂੰਗਾ, ਸ਼ਹੀਦ ਉਹ ਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਆਪਾਂ ਬਣਦੀ ਇੱਜ਼ਤ ਵੀ ਦਿੰਦੇ ਆ, ਮਨ ਦਾ ਮਾਣ ਸਨਮਾਨ ਵੀ ਦਿੰਦੇ ਆ। ਇਹ ਤਾਂ ਕਦੇ ਉਹਨਾਂ ਦੇ ਘਰ ਜਾ ਕੇ ਵੀ ਨਹੀਂ ਖੜਾ ਹੋਇਆ ਰੁਲਦੂ, ਇੱਥੇ ਹੁਣ ਧਰਨੇ ਦੇ ਵਿੱਚ ਤਾਂ ਲੈ ਕੇ ਖੁੰਡਾ ਖੜ ਗਿਆ ਉੱਥੇ ਆਪਣਾ, ਲੈ ਕੇ ਸਰਕਾਰਾਂ ਨੂੰ ਤਾਂ ਵਿਗਾੜਨ ਮਾਰਨ ਲੱਗ ਗਿਆ। ਕਦੇ ਉਹਨਾਂ ਦੇ ਘਰ ਜਾ ਕੇ ਦੇਖਿਆ ਮਾਵਾਂ ਦਾ ਹਾਲ ਕੀ ਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਮਰ ਗਏ ਉੱਥੇ 750, ਕਦੇ ਪੁੱਛਿਆ ਉਹਨਾਂ ਨੂੰ ਮਿਲ ਗਈ ਨੌਕਰੀ? ਉਹਨਾਂ ਨੂੰ ਮਿਲ ਗਿਆ ਮਾਣ ਸਨਮਾਨ ਜਿਹੜਾ ਚਾਹੀਦਾ ਸੀਗਾ ਉਹਨਾਂ ਨੂੰ? ਕੇਸ ਵਾਪਸ ਹੋ ਗਏ, ਹਜ਼ਾਰਾਂ ਮੁੰਡੇ ਹਜੇ ਵੀ, ਹਜ਼ਾਰਾਂ ਮੁੰਡੇ ਹਜੇ ਵੀ ਕੇਸ ਭੁਗਤਣ ਜਾਂਦੇ ਨੇ ਦਿੱਲੀ ਜਾਂ ਕਿਤੇ ਹੋਰ ਜਿੱਥੇ ਜਿੱਥੇ ਉਹਨਾਂ ਦੇ ਕੇਸ ਪਏ ਆ। ਇਹ ਰੁਲਦੂ ਸਿੰਘ ਮਾਨਸਾ ਨੂੰ ਪੁੱਛੋ, ਕਰਾ ਲਏ ਕੇਸ ਵਾਪਸ? 2 ਸਾਲ ਦੇ ਘਰੇ ਬੈਠੇ ਹੋ ਤੁਸੀਂ, ਦੱਸੋ ਮੈਨੂੰ, ਤੁਹਾਡੇ ਦਾ ਸਾਰਾ ਕੁਛ ਹੋ ਗਿਆ ਵਾਪਸ। ਉਹ ਗਰੀਬ ਮਾਂ ਦੇ ਪੁੱਤ ਦਿੱਲੀ ਕਿਵੇਂ ਜਾਂਦੇ ਹੋਣਗੇ? ਕਈ ਬੰਦਿਆਂ ਕੋਲ ਤਾਂ ਕਿਰਾਇਆ ਭਾੜਾ ਵੀ ਹੈ ਨਹੀਂ, ਕੀ ਦਿੱਤਾ ਇਹਨਾਂ ਨੇ? ਦੱਸੋ ਕੀ ਦਿੱਤਾ ਇਹਨਾਂ ਨੇ? ਮੈਂ ਰੁਲਦੂ ਸਿੰਘ ਮਾਨਸਾ ਨੂੰ ਸਵਾਲ ਕਰਦਾ, ਦਰਬਾਰ ਸਾਹਿਬ ਆ ਜਾ, ਰਾਜੇਵਾਲ ਵੀ ਆ ਜਾਵੇ, ਜਿਹੜੇ ਤੁਹਾਡੇ ਹੋਰ ਸੀਗੇ 4-5 ਮੇਨ ਬਣੇ ਹੋਏ ਸਾਰੇ ਆ ਜਾਓ ਦਰਬਾਰ ਸਾਹਿਬ ਦੇ ਵਿੱਚ ਬਹਿ ਕੇ ਹਿਸਾਬ ਦਿਓ ਇਕੱਲੇ ਇਕੱਲੇ ਪੈਸੇ ਦਾ ਬਾਹਰਲੇ ਦਾ। ਕਿਉਂ ਨਹੀਂ ਦਿੰਦੇ ਜੇ ਤੁਸੀਂ ਸੱਚੇ ਹੋ ਤਾਂ? ਕਿਉਂ ਨਹੀਂ ਦਿੰਦੇ? ਇੱਥੇ ਜੜੇ ਖਾਣੇ ਲਈ ਉੱਠ ਕੇ ਤਾਂ ਤੁਸੀਂ ਧਰਨੇ ਲਾਉਣ ਨੂੰ ਤੁਹਾਡੇ ਕੋਲ ਟਾਈਮ ਹੈਗਾ, ਜੜੇ ਖਾਣੇ ਲਈ ਉੱਠ ਕੇ ਤੁਹਾਡੇ ਕੋਲ ਧਰਨਾ ਲਾਉਣ ਨੂੰ ਟਾਈਮ ਹੈਗਾ ਵਾ, ਪਰ ਜਿਹੜੇ ਮਾਂ ਦਾ ਪੁੱਤ ਮਰ ਗਿਆ ਉਹਦੇ ਘਰੇ ਜਾਣ ਨੂੰ ਤੁਹਾਡੇ ਕੋਲ ਟਾਈਮ ਨਹੀਂ? ਜਾਂ ਜਿਨ੍ਹਾਂ ਦੀਆਂ ਵਿਚਾਰੇ ਹੈਂਡੀਕੈਪਡ ਹੋ ਗਏ, ਜਿਨ੍ਹਾਂ ਦੇ ਵਿਚਾਰੇ ਕਿਸੇ ਦੀ ਲੱਤਾਂ ਟੁੱਟ ਗਈਆਂ, ਕਿਸੇ ਦੀਆਂ ਬਾਹਾਂ ਟੁੱਟ ਗਈਆਂ, ਉਹਨਾਂ ਦੇ ਬੰਦਿਆਂ ਦੇ ਘਰ ਜਾ ਕੇ ਤੁਹਾਨੂੰ ਟਾਈਮ ਹੈ ਨਹੀਂ ਘਰ ਜਾ ਕੇ ਪੁੱਛਣ ਦਾ ਕਿ ਭਾਈ ਕੋਈ ਚੀਜ਼ ਤਾਂ ਨਹੀਂ ਚਾਹੀਦੀ? ਜਾਂ ਜਿਨ੍ਹਾਂ ਦੇ ਕੇਸ ਪਏ ਆ, ਕਦੇ ਪੁੱਛਿਆ ਉਹਨਾਂ ਨੂੰ ਕਿ ਭਾਈ ਕਿਸੇ ਚੀਜ਼ ਦੀ ਲੋੜ ਆ, ਕੋਈ ਵਕੀਲ ਦੀ ਲੋੜ ਆ? ਪੈਸੇ ਤਾਂ ਤੁਸੀਂ ਖਾ ਗਏ ਸਾਰੇ, ਉਹਨਾਂ ਨੂੰ ਕੀ ਮਿਲਿਆ? 750 ਜਿਹੜਾ ਮਰ ਗਿਆ ਗਰੀਬ ਮਾਂ ਦਾ ਪੁੱਤ, ਤੁਸੀਂ ਹਜੇ ਵੀ ਬੈਠਾ, ਤੂੰ ਇਹ ਬੈਠਾ ਇੰਟਰਵਿਊ ਦੇ ਵਿੱਚ ਦੀਪ ਬਾਈ ਨੂੰ ਭੰਡੀ ਜਾਂਦਾ, ਮੈਂ ਹੈਰਾਨ ਆ ਲੋਕੀ ਚੁੱਪ ਕਿਉਂ ਨੇ? ਦੀਪ ਬਾਈ ਦੇ ਜਿਹੜਾ ਦੀਪ ਬਾਈ ਨੂੰ ਪਿਆਰ ਕਰਦੇ ਨੇ ਉਹ ਚੁੱਪ ਕਿਉਂ ਨੇ? ਜਵਾਬ ਕਿਉਂ ਨਹੀਂ ਦਿੰਦੇ? ਇਹ ਹਜੇ ਵੀ ਕਹਿ ਰਿਹਾ ਵਾ ਕਿ ਬੀਜੇਪੀ ਦਾ ਹਿਸਾਬ ਨਾਲ ਚੜ ਰਹੇ ਸੀ ਉਹ, ਇਹਨੂੰ ਸ਼ਰਮ ਨਹੀਂ ਆਉਂਦੀ ਤੈਨੂੰ? ਇਲਜ਼ਾਮ ਤੇਰੇ ਤੇ ਤੁਹਾਡੇ ਤੇ ਲੱਗੇ ਆ, ਤੇਰੇ ਤੇ ਰਾਜੇਵਾਲ ਤੇ ਰੁਲਦੂ ਮਾਨਸੇ ਤੇ ਲੱਗੇ ਆ ਇਲਜ਼ਾਮ, 3,000 ਕਰੋੜ ਦੇ ਕਲੋਨੀਆਂ ਤੁਸੀਂ ਬਣਾਈਆਂ ਨੇ, ਕਲੋਨੀਆਂ ਤੁਸੀਂ ਬਣਾਈਆਂ ਮਾਨਸੇ 'ਚ, ਕਿਸੇ ਹੋਰ ਨੇ ਨਹੀਂ ਬਣਾਈਆਂ। ਇੱਥੇ ਕੋਠੀਆਂ ਰਾਜੇਵਾਲ ਵਰਗੇ ਦੀਆਂ, ਇੱਥੇ ਕੋਠੀਆਂ ਪੁੱਛੋ ਤਾਂ ਕੇ ਹੱਦ ਹੋ ਗਈ ਤੁਹਾਡੀ। ਉਹ ਦਰਵੇਸ਼ ਬੰਦੇ ਨੂੰ ਤੁਸੀਂ ਹਜੇ ਵੀ ਭੰਡੀ ਜਾਂਦੇ ਹੋ, ਉਸ ਦਰਵੇਸ਼ ਬੰਦੇ ਨੂੰ ਤੁਸੀਂ ਹਜੇ ਵੀ ਭੰਡੀ ਜਾਂਦੇ ਹੋ ਯਾਰ, ਕਮਾਲ ਆ। ਜਿਹਨੂੰ ਸਾਰਾ ਵਰਲਡ ਹਜੇ ਵੀ ਕਹਿੰਦਾ ਵਾ ਕਿ ਭਾਈ ਹੁਣੇ ਨਹੀਂ ਜੋ ਹੋਇਆ ਉਹ ਹੋਣਾ ਨਹੀਂ ਚਾਹੀਦਾ ਸੀ, ਉਸ ਦਰਵੇਸ਼ ਬੰਦੇ ਨੂੰ ਆਹ ਸਾਰੀ ਦੁਨੀਆ ਯਾਦ ਕਰ ਰਹੀ ਆ, ਤੇ ਇਹ ਉਹਨੂੰ ਭੰਡੀ ਜਾਂਦਾ ਪਰਸੋਂ ਬੈਠਾ ਇਹ ਰੁਲਦੂ ਸਿੰਘ ਮਾਨਸਾ। ਇਹਨੂੰ ਸ਼ਰਮ ਨਹੀਂ ਆਉਂਦੀ? ਮੈਂ ਸਮਝ ਨਹੀਂ ਲੱਗਦੀ ਇਹਦੀ ਕੀ ਬਾਤ। ਤੂੰ ਜਿਹੜੇ
ਤੁਸੀਂ ਆਪਣਾ ਤਾਂ ਪਹਿਲਾਂ ਹਿਸਾਬ ਦੇ ਲਓ, ਦੂਜੇ ਨੇ ਤਾਂ ਬਾਅਦ ਚੋਂ ਉਂਗਲਾਂ ਦੋ, ਕਿਉਂ ਨਹੀਂ ਦਿੰਦੇ ਤੁਸੀਂ ਤੂੰ ਤੇ ਰਾਜੇਵਾਲ? ਇਹ ਰੋਲਦੂ ਸਿੰਘ ਮਾਨਸਾ ਨੂੰ ਸਵਾਲ ਆ ਮੇਰਾ, ਜਵਾਬ ਦਵੇ ਮੈਨੂੰ ਇਹ ਕਿ ਤੁਸੀਂ ਹਿਸਾਬ ਦੇ ਤਾਂ ਕਿਸਾਨੀ ਅੰਦੋਲਨ ਦਾ, ਕਰੋੜਾਂ ਰੁਪਏ ਤੁਸੀਂ ਸਰਕਾਰ ਤੋਂ ਵੀ ਖਾ ਗਏ, ਜਿਹੜਾ ਬਾਹਰੋਂ ਫੰਡ ਆਇਆ ਉਹ ਤੁਸੀਂ ਖਾ ਗਏ, ਗਏ ਤੁਸੀਂ ਟਰੈਕਟਰਾਂ ਤੇ, ਆਏ ਤੁਸੀਂ ਫੋਰਚੂਨਰਾਂ ਤੇ, ਕਲੋਨੀਆਂ ਤੂੰ ਕੱਟ ਲਈਆਂ ਉੱਥੇ, ਕਮਾਲ ਆ ਯਾਰ। ਗੱਦਾਰ ਤੂੰ ਹਜੇ ਵੀ ਦੀਪ ਬਾਈ ਨੂੰ ਕਹੀ ਜਾਂਦਾ ਪਿਆ ਵਾ, ਹੱਦ ਹੋ ਗਈ ਯਾਰ ਤੁਹਾਡੇ ਵਾਲੀ ਯਾਰ। ਤੁਸੀਂ ਚੰਗੇ ਭਲੇ ਬੰਦੇ ਨੂੰ ਦੱਸੋ, ਦੁਨੀਆਂ ਤੋਂ ਚਲੇ ਗਿਆ ਸਾਡਾ ਬਾਈ, ਹੈਂ ਉਹ ਸਾਡਾ ਦੁਨੀਆਂ ਤੋਂ ਚਲੇਗਾ ਦਰਵੇਸ਼ ਬੰਦਾ, ਤੂੰ ਹਜੇ ਵੀ ਉਹਨੂੰ ਪੰਡੀ ਜਾਂਦਾ ਕਿ ਉਹ ਬੀਜੇਪੀ ਦੇ ਹਿਸਾਬ ਨਾਲ ਚੱਲ ਰਿਹਾ ਸੀ। ਬੀਜੇਪੀ ਦਾ ਤੁਸੀਂ ਸੀਗੇ, ਤੂੰ ਸੀਗਾ ਰੋਲਦੂ ਸਿੰਘ ਮਾਨਸਾ, ਰਾਜੇਵਾਲ ਸੀ ਜਿਹਨੇ 3000 ਕਰੋੜ ਰੁਪਇਆ ਲਿਆ, ਉਹਦੇ ਤੇ ਤਾਂ ਇਲਜ਼ਾਮ ਲੱਗੇ ਨੀ ਦੀਪ ਬਾਈ ਦੇ, ਤਾਂ ਇਲਜ਼ਾਮ ਤਾਂ ਤੁਹਾਡੇ ਲੱਗੇ ਸੀ। ਕਦੇ ਗਦਾਰਾਂ ਦੇ ਨਾ, ਗਦਾਰਾਂ ਦੇ ਭੋਗਾਂ ਤੇ ਹਜ਼ਾਰਾਂ ਦਾ ਇਕੱਠ ਨਹੀਂ ਹੁੰਦਾ, ਉੱਥੇ ਦੇਖਣਾ ਫਤਿਹਗੜ੍ਹ ਸਾਹਿਬ ਲੁਧਿਆਣੇ ਤੋਂ ਲੈ ਕੇ ਆਪਣੇ ਇੱਥੇ ਫਤਿਹਗੜ੍ਹ ਸਰਹੰਦ ਤੱਕ ਸਾਰਾ ਰੋਡ ਜਾਮ ਸੀ ਭੋਗ ਵਾਲੇ ਦਿਨ ਦੀਪ ਬਾਈ ਦੇ, ਉਹ ਗਦਾਰਾਂ ਦੇ ਨਹੀਂ ਹੁੰਦਾ, ਉਹ ਆਪਣੇ ਦੇਸ਼ ਭਗਤਾਂ ਦੇ ਉੱਪਰ ਹੁੰਦਾ ਜਿਹੜੇ ਕੌਮ ਲਈ ਕੁਛ ਕਰਦੇ ਨੇ, ਉਹਨਾਂ ਦੇ ਹੁੰਦਾ ਵਾ ਇਕੱਠ ਇੰਨਾ। ਜਿੱਦਾਂ ਤੇਰੇ ਵਰਗਾ ਮਰਦਾ ਨਾ ਕੋਈ, ਕੋਈ ਪਿੰਡ ਦਾ ਨਹੀਂ ਜਾਂਦਾ ਉਹਦੇ। ਹੱਦ ਹੋ ਗਈ ਯਾਰ ਤੁਹਾਡੇ ਵਾਲੀ, ਤੁਸੀਂ ਹਜੇ ਵੀ ਭੰਡੀ ਜਾਂਦੇ ਹੋ ਦੀਪ ਬਾਈ ਨੂੰ, ਦੀਪ ਬਾਈ ਨੂੰ। ਬਿਲਕੁਲ ਬਾਈ ਬਿਲਕੁਲ ਜੀ ਬਿਲਕੁਲ, ਇਹਨਾਂ ਦਾ ਉਹੀ ਗੱਲ ਆ ਜੀ। ਬਾਈ ਜੀ ਇਹ 2,83,000 ਦੀ ਸੀ ਤੁਸੀਂ ਕਹਿ ਰਹੇ ਹੋ ਨਾ, ਇਹ ਤਾਂ ਕਰੋੜਾਂ ਰੁਪਏ ਦਾ ਇਲਜ਼ਾਮ ਲੱਗ ਰਿਹਾ, 3000 ਕਰੋੜ ਦਾ ਇਲਜ਼ਾਮ ਲੱਗਿਆ ਇਹਨਾਂ ਤੇ, ਡੱਲਿਆਲ ਸਾਹਿਬ ਨੇ ਜਿਹੜਾ ਲਾਇਆ ਸੀ, ਕਿਉਂ ਨਹੀਂ ਕਹਿੰਦੇ ਇਹ ਕਿ ਨਹੀਂ ਝੂਠਾ ਸੀ? ਜਿਹੜਾ ਕਿਸਾਨੀ ਅੰਦੋਲਨ ਚ ਕਰੋੜਾਂ ਰੁਪਏ ਆ ਗਿਆ ਉਹ ਖਾ ਗਏ, ਇਹ ਹੋਟਲਾਂ ਦੇ ਵਿੱਚ ਇਹ ਰਹਿੰਦੇ ਸੀ, ਗਰਦਾਰ ਦੀਪ ਬਾਈ ਹੋ ਗਿਆ ਹੈ, ਕਮਾਲ ਆ। ਤੂੰ ਮੈਨੂੰ ਦੱਸ ਕਿੱਥੇ ਮਿਲਣਾ, ਮੈਂ ਬਹਿ ਕੇ ਤੇਰੇ ਨਾਲ ਗੱਲ ਕਰਦਾ, ਜਿਹੜੇ ਮਰਜ਼ੀ ਆ ਜਾ, ਮੈਂ ਕਹਿੰਦਾ ਕਿਸਾਨੀ ਦੇ ਅੰਦੋਲਨ ਤੇ ਹੀ ਗੱਲ ਕਰਾਂਗੇ, ਨਾਲੇ ਮੈਂ ਗਿਆ ਵੀ ਨਹੀਂ ਗਾ ਤਾਂ ਵੀ ਤੇਰੇ ਨਾਲ ਬਹਿ ਕੇ ਗੱਲ ਕਰੂ, ਦਈ ਜਵਾਬ ਫੇ ਮੈਨੂੰ। 750 ਉੱਥੇ ਮੁੰਡਾ ਮਰ ਗਿਆ, ਲੈ ਕੇ ਤੁਸੀਂ ਕੀ ਉੱਠੇ ਉੱਥੇ, ਸਿਰੇ ਬਿੱਲ ਵਾਪਸ ਹੋ ਗਏ, ਬਸ ਦੁਬਾਰਾ ਫੇਰ ਅੰਦੋਲਨ ਦੀ ਤਿਆਰੀਆਂ ਕਰ ਰਹੇ ਹੋ ਤੁਸੀਂ ਹੁਣ? ਉਹ ਦੀਪ ਬਾਈ ਨੇ ਪਹਿਲਾਂ ਹੀ ਕਹਿਤਾ ਸੀ ਕਿ ਤੁਸੀਂ ਦੁਬਾਰਾ ਦਿੱਲੀ ਆਓਗੇ, ਉਸ ਦਰਵੇਸ਼ ਬੰਦੇ ਦੀ ਗੱਲ ਸੱਚ ਹੋ ਰਹੀ ਆ, ਦੇਖੋ ਦੁਬਾਰਾ ਫੇਰ ਤਿਆਰੀਆਂ ਚੱਲ ਰਹੀਆਂ ਦਿੱਲੀ ਜਾਣ ਦੀਆਂ। ਪਰ ਹੁਣ ਮੈਂ ਇੱਕ ਰਿਕੁਐਸਟ ਕਰਦਾ ਪੰਜਾਬ ਦੇ ਨੌਜਵਾਨਾਂ ਨੂੰ, ਰਿਕੁਐਸਟ ਕਰਦਾ ਕਿ ਇਹਨਾਂ ਦੇ ਪਿੱਛੇ ਨਾ ਲੱਗੋ, ਨਾ ਲੱਗੋ। ਪਹਿਲਾਂ ਜਿਹੜੇ 750 ਮੁੰਡਾ ਆਪਣਾ ਮਰ ਗਿਆ ਪੰਜਾਬ ਦਾ, ਮਾਵਾਂ ਦੇ ਪੁੱਤ ਮਰ ਗਏ, ਕਿਸੇ ਭੈਣ ਦਾ ਵੀਰ ਮਰ ਗਿਆ, ਹਜੇ ਤੱਕ ਤਾਂ ਉਹਨਾਂ ਨੂੰ ਤਾਂ ਕੁਛ ਲੈ ਕੇ ਨਹੀਂ ਦਿੱਤਾ ਇਹਨਾਂ ਨੇ, ਤੁਹਾਨੂੰ ਕੀ ਕਰ ਦੇਣਗੇ ਇਹ ਬਾਈ? ਉਹਨਾਂ ਨੂੰ ਤਾਂ ਕਿਸੇ ਨੇ ਲੈ ਕੇ ਨਹੀਂ ਦਿੱਤਾ, ਕਿਸੇ ਨੂੰ ਨੌਕਰੀ ਨਹੀਂ ਮਿਲੀ, ਕਿਸੇ ਦੇ ਕੋਈ ਖਰਚਾ ਨਹੀਂ, ਕੁਛ ਨਹੀਂ, ਤੁਹਾਨੂੰ ਕੀ ਕਰਨਗੇ ਇਹ? ਦੀਪ ਬਾਈ ਦੇ ਪੈਰਾਂ ਵਰਗੇ ਵੀ ਨਹੀਂ ਹੋਣੇ ਤੁਸੀਂ, ਨਾ ਲੱਖਾ ਸਿਧਾਣਾ, ਨਾ ਰੋਲਦੂ ਮਾਨਸਾ, ਨਾ ਰਾਜੇਵਾਲ, 7 ਜਨਮ ਲੈ ਲਓਗੇ ਨਾ ਉਹਦੇ ਵਰਗੇ, ਤਾਂ ਵੈਸੇ ਵੀ ਨਹੀਂ ਬਣ ਸਕਦੇ ਤੁਸੀਂ। ਦੀਪ ਮੈਂ ਹੈਰਾਨ ਹਾਂ ਯਾਰ, ਜਿਹੜੇ ਦੀਪ ਬਾਈ ਨੂੰ ਪਿਆਰ ਕਰਦੇ ਪਏ ਨੇ ਉਹ ਚੁੱਪ ਕਿਉਂ ਹੈ? ਇਹਦੀ ਇੰਟਰਵਿਊ ਦੇਖ ਕੇ ਇਹ ਹਜੇ ਵੀ ਇਲਜ਼ਾਮ ਲਾ ਰਿਹਾ ਸਰੇਆਮ ਉੱਤੇ, ਕਮਾਲ ਆ ਮੇਰੇ ਇਹਦੇ ਵਾਲੀ। ਤੂੰ ਮੈਨੂੰ ਦੱਸ, ਮੈਂ ਨਾ ਮਤਲਬ ਤਾਂ ਕਹੀਂ ਤੇਰੇ ਨਾਲ ਬਹਿ ਕੇ ਗੱਲ ਕਰੂੰਗਾ ਆਰਾਮ ਨਾਲ ਉੱਥੇ, ਮੈਂ ਐਂ ਟਕਾ ਕੇ ਇੱਕ ਇੱਕ ਚੀਜ਼ ਮੇਰੇ ਸਵਾਲ ਦਾ ਜਵਾਬ ਦੇਈ, ਤੂੰ ਜਿਹੜੇ ਪੁੱਛੇਗਾ ਦੀਪ ਬਾਈ ਵਾਲੇ ਮੈਂ ਦਊ ਜਵਾਬ ਉਹਦੇ। ਹੱਦ ਹੋ ਗਈ, ਉਹਨੂੰ ਕੀ ਲੋੜ ਪਈ ਸੀ 5-star ਜ਼ਿੰਦਗੀ ਛੱਡ ਕੇ ਕੁੱਲੀ ਦੇ ਵਿੱਚ ਬੈਠਾ ਸੀ, ਕੁੱਲੀ 'ਚ ਉਹ ਬੰਦਾ ਕੁੱਲੀ 'ਚ ਸੰਤਰੇ ਖਾਂਦਾ ਸੀ ਬੈਠਾ, ਸੰਤਰੇ ਮੈਨੂੰ ਅੱਜ ਵੀ ਯਾਦ ਆ, ਕਿਵੇਂ ਭੱਜਿਆ ਫਿਰਦਾ ਯਾਰ ਕੇਸ ਪਏ ਤੇ ਤੁਹਾਡੇ ਵਰਗੇ ਉੱਥੇ ਏਸੀਆਂ 'ਚ ਬੈਠੇ ਸੀ, ਏਸੀਆਂ 'ਚ ਉਹ ਕੁੱਲੀ 'ਚ ਬੈਠਾ ਸੀ, ਤੁਹਾਡੇ ਵਰਗੇ ਏਸੀਆਂ 'ਚ ਬੈਠੇ ਸੀ, ਅੰਦਰ ਬੈਠੇ ਸੀ ਹੋਟਲਾਂ ਦੇ ਕਮਰਿਆਂ 'ਚ, ਤੁਸੀਂ ਗਦਾਰੀਆਂ ਸਰਟੀਫਿਕੇਟ ਬਣਦੇ ਸੀ ਉਹਨੂੰ। ਮੈਂ ਤਾਂ ਹੈਰਾਨ ਹੈ ਜੇ ਬੰਦੇ ਦਾ, ਦੱਸ ਤੂੰ ਉਹ ਬੰਦਾ ਚਲੇ ਗਿਆ ਦੁਨੀਆਂ, ਤੂੰ ਫੇਰ ਉਹਨੂੰ ਭੰਡੀ ਜਾਂਦਾ,
ਕਰੋੜਾਂ ਦਾ ਇਕੱਠ ਸੀ, ਕਰੋੜਾਂ ਦਾ ਇਕੱਠ। ਮੈਂ ਖੁਦ ਗਿਆ ਭੋਗ ਤੇ, ਲੁਧਿਆਣੇ ਤੋਂ ਲੈ ਕੇ ਸਰਹੰਦ ਤੱਕ ਪੂਰਾ ਰੋਡ ਜਾਮ ਸੀ ਗੱਡੀਆਂ ਦਾ, ਕਰੋੜਾਂ ਦਾ ਇਕੱਠ। ਤੇ ਤੇਰੇ ਵਰਗੇ ਜਦੋਂ ਮਰਦੇ ਨੇ, ਰਾਜੇਵਾਲ ਵਰਗੇ ਜਾਂ ਤੇਰੇ ਵਰਗੇ ਰੁਲਦੂ ਮਾਨਸੇ ਵਰਗੇ ਮਰਦੇ ਆ ਨਾ, ਕੋਈ ਪਿੰਡ ਦਾ ਨੀ ਜਾਂਦਾ ਉਹਨਾਂ ਨੂੰ ਪਿੰਡ ਦਾ, ਉੱਥੇ ਉਹਦਾ ਕਰੋੜਾਂ ਦਾ ਇਕੱਠ ਸੀ, ਦੁਨੀਆਂ ਬਾਹਰੋਂ ਤੱਕ ਆਈ ਹੋਈ ਸੀ। ਉਹ ਇਕੱਠ ਗਦਾਰਾਂ ਦੇ ਨੀ ਹੁੰਦਾ, ਦੇਸ਼ ਭਗਤਾਂ ਦੇ ਇਕੱਠ ਹੁੰਦਾ, ਉਹ ਦੇਸ਼ ਭਗਤਾਂ ਦੇ ਜਿਹੜੇ ਪੰਜਾਬ ਦੇ ਪੁੱਤ ਬਣਦੇ ਆ। ਤੁਸੀਂ ਲੋਕਾਂ ਨੇ ਮਜ਼ਾਕ ਬਣਾ ਲਿਆ, ਮੂੰਹ ਚੱਕਦੇ ਚੱਕ ਕੇ ਉੱਥੇ ਬਹਿ ਕੇ ਇੰਟਰਵਿਊ ਦੇਣ ਲੱਗ ਜਾਂਦੇ ਆ, ਕੋਈ ਗੱਲ ਦਾ ਤੱਤ ਨਿਕਲਿਆ ਤਰੀ ਦਾ? ਤੂੰ ਹਜੇ ਵੀ ਗਦਾਰੀਆਂ ਸਰਟੀਫਿਕੇਟ ਵੰਡੀ ਜਾਂਦਾ, ਤੂੰ ਪਹਿਲਾਂ ਆਪਣਾ ਹਿਸਾਬ ਤਾਂ ਦੇ ਲਾ। ਜਿਹੜਾ ਕਿਸਾਨੀ ਦੌਲਤ 'ਚ ਕਰੋੜਾਂ ਰੁਪਏ ਤੁਸੀਂ ਖਾ ਕੇ, ਸਰਕਾਰ ਤੋਂ ਜਿਹੜੇ ਖਾਧੇ ਉਹ ਅਲੱਗ, ਟਰਾਲੀਆਂ 'ਚ ਬਹਿ ਕੇ ਗਏ ਸੀ ਤੁਸੀਂ, ਆਏ ਤੁਸੀਂ ਫੋਰਚੂਨਰ 'ਚ। ਠੂਠਿਆਂ ਵਾਲੀ ਰੋਡ ਬਹੁਤ ਮਸ਼ਹੂਰ ਆ ਬਾਈ, ਬਾਈ ਕੋਈ ਮਾਨਸੇ ਰਹਿੰਦਾ ਹੋਵੇ ਨਾ, ਮੈਨੂੰ ਠੂਠਿਆਂ ਵਾਲੀ ਰੋਡ ਦਾ ਮਾੜਾ ਜਿਹਾ ਕੱਢ ਕੇ ਦਿਓ ਇਤਿਹਾਸ, ਜਿੱਥੇ ਕਲੋਨੀ ਕੱਟੀ ਆ ਕਿਸੇ ਨੇ, ਮੈਂ ਦੱਸੂ ਫਿਰ ਕਿਹਨੇ ਕੱਟੀ ਆ ਕਲੋਨੀ। ਠੂਠਿਆਂ ਵਾਲੀ ਰੋਡ ਮਾਨਸਾ, ਠੂਠਿਆਂ ਵਾਲੀ ਰੋਡ ਮਾਨਸਾ, ਠੂਠਿਆਂ ਵਾਲੀ ਰੋਡ, ਉੱਥੇ ਕਲੋਨੀ ਕੱਟੀ, ਪੁੱਛੋ ਕਿਹਨੇ ਕੱਟੀ ਆ, ਨਹੀਂ ਤਾਂ ਮੈਂ ਦੱਸੂ ਕਿਹਨੇ ਕੱਟੀ ਆ। ਫਿਰ ਕਮਾੜਾ ਯਾਰ ਹੱਦ ਹੋ ਗਈ, ਤੁਸੀਂ ਉਸ ਦਰਵੇਸ਼ ਬੰਦੇ ਨੂੰ ਹਜੇ ਵੀ ਭੰਡੀ ਜਾਂਦੇ ਹੋ। ਮੈਂ ਕਹਿੰਦਾ ਜਿਹੜੇ ਉਸ ਬਾਈ ਦੇ ਨਾਮ ਤੇ ਇੰਨਾ ਕੁਛ ਖੁੱਲ ਜਥੇਬੰਦੀਆਂ ਬਣਾਈ ਬੈਠੇ ਨੇ, ਉਹਦੇ ਨਾਮ ਤੇ ਹਜੇ ਵੀ ਉਸ ਬੰਦੇ ਨੂੰ ਕਰਦੇ ਪਏ ਨੇ, ਪੇਜ ਬਣਾਏ ਫਿਰ ਬੈਠੇ ਨੇ, ਪੈਸੇ ਖਾ ਰਹੇ ਨੇ, ਮੈਂ ਤਾਂ ਕਹੂੰਗਾ ਪੈਸੇ ਖਾ ਰਹੇ ਨੇ ਜਿਹੜੇ ਉਸ ਬੰਦੇ ਦੇ ਨਾਮ ਤੇ। ਉਹ ਬੰਦੇ ਚੁੱਪ ਨੇ, ਹਜੇ ਤੱਕ ਜਵਾਬ ਤੈਨੂੰ ਦਿੱਤਾ ਇਸ ਬੰਦੇ ਨੂੰ? 3 ਦਿਨ ਹੋ ਗਏ ਇੰਟਰਵਿਊ ਆਈ ਨੂੰ, 3 ਦਿਨ ਮੈਨੂੰ ਅੱਜ ਸਵੇਰੇ ਅੱਗ ਲੱਗ ਗਈ ਜਦੋਂ ਮੈਂ ਇੰਟਰਵਿਊ ਦੇਖੀ, ਕਿ ਹਜੇ ਵੀ ਇਹ ਬੰਦਾ ਕਹੀ ਜਾਂਦਾ ਕਿ ਬੀਜੇਪੀ ਨੇ ਕਰਵਾਇਆ ਸੀ ਉਹ ਸਾਰਾ ਕੰਮ। ਕੀ ਸਬੂਤ ਆ ਤੇਰੇ ਕੋਲ? ਮੈਂ ਉਹੀ ਕਹਿੰਦਾ, ਮਾਨਸੇ ਠੂਠਿਆਂ ਵਾਲੀ ਰੋਡ ਮਸ਼ਹੂਰ ਆ ਬਾਈ, ਜਾ ਕੇ ਪਤਾ ਕਰੋ ਕਿਹਦੀ ਕਲੋਨੀ ਕੱਟੀ ਗਈ ਆ ਉੱਥੇ। ਆਪਾਂ ਨਾਰਾ ਤਾਂ ਬਹੁਤ ਲਿਖਦੇ ਹਾਂ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਦੇ ਮਜ਼ਦੂਰਾਂ ਦੀ ਕਦੇ ਖਬਰ ਲਈ ਤੂੰ? ਕਦੇ ਲਈ? ਅੱਜ ਬਾਈ ਮੈਨੂੰ ਫੋਨ ਆਇਆ ਸੀ ਮਾਨਸੇ ਦੇ ਪਿੰਡ ਅਲੀ ਸ਼ੇਰ ਤੋਂ, ਮਾਨਸੇ ਦੇ ਜ਼ਿਲ੍ਹੇ ਦੇ ਇੱਕ ਵਿੱਚ ਪਿੰਡ ਆ ਅਲੀ ਸ਼ੇਰ, ਮੁੰਡੇ ਦਾ ਨਾਮ ਆ ਗੁਰਪ੍ਰੀਤ। ਕਹਿੰਦਾ ਬਾਈ ਇਹਨਾਂ ਨੂੰ ਇਹ ਪੁੱਛੋ, ਇੱਕ ਸਵਾਲ ਜ਼ਰੂਰ ਕਰਿਓ ਕਿ ਇਹਨਾਂ ਨੇ ਕਦੇ ਮਜ਼ਦੂਰਾਂ ਦੀ ਕਦੇ ਆਪਣੇ ਜਿਹੜੇ ਨਾਰਾ ਤਾਂ ਲਿਖਦੇ ਆ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨਾਂ ਦੀ ਤਾਂ ਗੱਲ ਕਰਦੇ ਆ ਇਹ, ਮਜ਼ਦੂਰਾਂ ਦੀ ਤਾਂ ਕਦੇ ਗੱਲ ਹੀ ਨਹੀਂ ਕੀਤੀ, ਨਾਰਾ ਕਿਉਂ ਦਿੰਦੇ ਹੋ ਬਈ ਤੁਸੀਂ? ਕੀ ਤੁਸੀਂ ਕੀਤਾ ਮਜ਼ਦੂਰਾਂ ਦੀਆਂ, ਆਪਣੇ ਧੀਆਂ ਭੈਣਾਂ ਵਿਚਾਰੀਆਂ ਜੋ ਆਪਣੇ ਕੰਮ ਕਰਦੀਆਂ ਜਿਹੜੀਆਂ, ਕਿੰਨਾ ਧੱਕਾ ਹੁੰਦਾ ਉਹਨਾਂ ਨਾਲ, ਕਦੇ ਬੋਲਿਆ ਤੁਸੀਂ ਅੱਜ ਤੱਕ? ਉਸ ਬਾਈ ਨੇ ਮੈਨੂੰ ਜਿਹੜੀ ਜਿਹੜੀ ਗੱਲਾਂ ਦੱਸੀਆਂ ਨਾ, ਮੈਂ ਹੈਰਾਨ ਰਹਿ ਗਿਆ ਸੁਣ ਕੇ ਉਸ ਗੁਰਪ੍ਰੀਤ ਬਾਈ ਦੀਆਂ ਗੱਲਾਂ। ਮੈਂ ਕੋਈ ਗੱਲ ਨੀ ਬਾਈ, ਤੇਰੇ ਨਾਲ ਅਸੀਂ ਖੜਾਂਗੇ, ਅਸੀਂ ਖੜਾਂਗੇ ਉਹਨਾਂ ਭੈਣਾਂ ਦੇ ਨਾਲ। ਉਹ ਗਰੀਬ ਨੇ ਤਾਂ ਕਰਕੇ, ਜਾਂ ਤੁਸੀਂ ਵੱਡੇ ਬਣੇ ਫਿਰਦੇ ਹੋ ਆਪਣੇ ਆਪ ਨੂੰ ਪੈਸੇ ਵਾਲੇ ਬਣ ਕੇ ਖਾ ਕੇ ਹਰਾਮ ਦਾ? ਉਹ ਭੈਣਾਂ ਦੇ ਨਾਲ ਅਸੀਂ ਖੜਾਂਗੇ, ਗਰੀਬ ਭੈਣਾਂ ਦੇ ਨਾਲ। ਉਹ ਕਹਿੰਦਾ ਬਾਈ ਇਹਨਾਂ ਨੇ ਨਾਰਾ ਤਾਂ ਲਿਖਤਾ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਮਜ਼ਦੂਰਾਂ ਨਾਲ ਖੜੇ ਵੀ ਹੋਏ ਆ ਕਦੇ? ਮਜ਼ਦੂਰਾਂ ਦੀਆਂ ਧੀਆਂ ਭੈਣਾਂ ਨਾਲ ਵਿਚਾਰੇ ਕਿੰਨਾ ਅੱਤਿਆਚਾਰ ਹੁੰਦਾ ਪਤਾ ਨਾ ਤੁਹਾਨੂੰ? ਉਹ ਕਹਿੰਦਾ ਬਾਈ ਮੈਂ ਕਹਿ ਕੇ ਹੰਬ ਗਿਆ ਨਾ ਪ੍ਰਧਾਨਾਂ ਨੂੰ, ਕਦੇ ਕੋਈ ਜਾ ਕੇ ਨਹੀਂ ਸਾਡੇ ਪਿੱਛੇ ਬੋਲਿਆ, ਕਦੇ ਨਹੀਂ ਬੋਲਿਆ, ਕਦੇ ਵੀ ਜਣੇ ਖੜੇ ਚੋਰਾਂ ਪਿੱਛੇ ਤਾਂ ਤੁਸੀਂ ਚੱਕ ਕੇ ਧਰਨੇ ਲਾਉਣ ਲੱਗ ਜਾਂਦੇ ਹੋ, ਲੱਖਾਂ ਦੇ ਇਕੱਠ ਕਰਨ ਲੱਗ ਜਾਂਦੇ ਹੋ ਤੁਸੀਂ, ਤੇ ਗਰੀਬ ਪਿੱਛੇ ਕੌਣ ਖੜੂਗਾ ਫਿਰ? ਉਹ ਵੀ ਦੱਸ ਦਿਓ ਮੈਨੂੰ। ਅੱਜ ਹੀ ਸਵੇਰੇ ਫੋਨ ਆਇਆ ਸੀ ਮੈਨੂੰ ਉਹ ਮੁੰਡੇ ਦਾ, ਗੁਰਪ੍ਰੀਤ ਦਾ। ਉੱਥੇ ਤੁਸੀਂ ਬੋਲਦੇ ਨੀ ਪਏ ਗਰੀਬਾਂ ਪਿੱਛੇ, ਉੱਥੇ ਪਤਾ ਵਾ ਕਿ ਗਰੀਬ ਨੇ ਵਿਚਾਰੇ ਨੇ ਕੀ ਪਿਲਾ ਲੈਣਾ, ਵੱਧ ਤੋਂ ਵੱਧ ਚਾਹ ਦਾ ਕੱਪ ਪਿਲਾ ਦੂਗਾ ਇੱਕ, ਹੋਰ ਸਾਨੂੰ ਕੀ ਦੇ ਦੂਗਾ ਉਹ? ਮੰਗ ਤੇ ਤਾਂ ਬਣ ਗਏ ਤੁਸੀਂ, ਜਿਹੜੇ ਪਿੱਛੇ ਝੰਡੀਆਂ ਚੱਕ ਕੇ ਤੁਰੇ ਹੋਏ ਨੇ ਉਹਨਾਂ ਨੂੰ ਵੀ ਤੁਸੀਂ ਤਾਂ ਆਪਣੇ ਵਰਗਾ ਬਣਾ ਕਾ। ਮੈਂ ਫਿਰ ਕਹਿੰਦਾ ਪਿਆ ਕਿ ਬਾਈ ਜਿਹੜਾ ਕੁੱਟ ਕਿਹਦੇ ਪੈਂਦੀ ਆ ਪਿੱਛੇ ਝੰਡੀ ਚੱਕੇ ਜਾਣ ਵਾਲੇ ਦੀ? ਮਰਦਾ ਕੌਣ ਆ ਪਿੱਛੇ ਝੰਡੀ ਚੱਕੇ ਜਾਣ ਵਾਲਾ? ਇਹ ਅੰਦਰ ਬੈਠੇ ਹੁੰਦੇ ਨੇ, ਚਾਹ ਦੇ ਵਿੱਚ ਬਿਸਕੁਟ ਡਬੋ ਡਬੋ ਖਾਂਦੇ ਹੁੰਦੇ ਨੇ, ਬਾਹਰ ਝੰਡੀ ਚੱਕਣ ਵਾਲੇ ਦੇ ਜੁੱਤੀਆਂ ਪੈਂਦੀਆਂ ਹੁੰਦੀਆਂ ਨੇ। ਮੈਂ ਇਹੀ ਕਹਿੰਦਾ ਝੰਡੀ ਨਾ ਚੱਕੋ, ਬਰਾਬਰ ਖੜੇ ਹੋਵੋ,
ਕਿ ਸਾਡੇ ਲਈ ਕੋਈ ਪ੍ਰਧਾਨ ਨਹੀਂ, ਸਭ ਬਰਾਬਰ ਨੇ। ਫਿਰ ਦੇਖੋ ਪੰਜਾਬ ਦਾ ਜੇ ਨਾ ਕੁਛ ਬਣੇ ਤਾਂ ਫਿਰ ਮੈਨੂੰ ਕਿਹੋ। ਬਿਲਕੁਲ ਬਾਈ ਬਿਲਕੁਲ, ਗਰੀਬ ਨਾਲ ਕੋਈ ਨਹੀਂ ਖੜਦਾ, ਗੱਲ ਉਹੀ ਆ। ਹੁਣ ਮੈਂ ਦੂਜੀ ਗੱਲ ਤੇ ਆਉਣਾ। ਦੇਖੋ ਬਾਈ, ਮੈਨੂੰ ਆਇਆ ਸੀ ਪਰਸੋਂ ਫੋਨ ਕਟਾਣਾ ਸਾਹਿਬ, ਆਪਣੇ ਸਾਡੇ ਦਰਾਹੇ ਦੇ ਨਾਲ ਨਾ ਕਟਾਣਾ ਸਾਹਿਬ ਗੁਰਦੁਆਰਾ ਸਾਹਿਬ ਆ, ਉਸ ਪਿੰਡ ਦੇ ਕਟਾਣਾ ਸਾਹਿਬ ਗੁਰਦੁਆਰਾ ਸਾਹਿਬ ਆ ਆਪਣੇ ਦਰਾਹੇ ਦੇ ਨਾਲ ਹੀ, ਉੱਥੇ ਦੇ ਇੱਕ ਵੀਰ ਨੇ ਆਪਣੇ ਉਸ ਪਿੰਡ ਦੇ ਬਲਜੀਤ ਸਿੰਘ, ਮੈਨੂੰ ਉਹ ਬੰਦੇ ਨੇ ਫੋਨ ਕੀਤਾ ਤੇ ਜਿਹੜੀਆਂ ਗੱਲਾਂ ਉਹਨੇ ਮੈਨੂੰ ਦੱਸੀਆਂ ਮੈਂ ਹੈਰਾਨ ਰਹਿ ਗਿਆ ਸੁਣ ਕੇ ਬਾਈ। ਠੀਕ ਨਹੀਂ, ਹੁਣ ਤੁਹਾਨੂੰ ਮੈਂ ਦੱਸਦਾ, ਇਹ ਵੱਡੇ ਜਿਹੜੇ ਸਮਾਜ ਸੇਵੀ ਬਣੇ ਫਿਰਦੇ ਆ ਨਾ, ਬੜੇ ਬੜੇ ਜਿਹੜੇ ਪੇਜ ਚਲਾਉਂਦੇ ਪਏ ਆ ਨਾ, ਬੜੇ ਬੜੀਆਂ ਸੱਚ ਦੀਆਂ ਸੱਚਾਈ ਦੀਆਂ ਗੱਲਾਂ ਕਰਦੇ ਆ ਨਾ, ਅੱਜ ਮੈਂ ਦੱਸਦਾ ਸੱਚ ਕੀ ਆ। ਹੁਣ ਤਾਂ ਹੀ ਮੈਂ ਕਿਹਾ ਸੀ 5 ਵਜੇ ਧਮਾਕਾ ਕਰੂੰ ਪੂਰਾ, ਮੈਂ ਵੇਟ ਕਰ ਰਿਹਾ ਸੀ ਕਿ ਮੈਨੂੰ ਫੋਨ ਆ ਜਾਵੇ ਉਹਦਾ, ਪਰ ਉਹਦਾ ਫੋਨ ਨਹੀਂ ਆਇਆ, ਉਹਨੇ ਨਾ ਮੇਰਾ ਫੋਨ ਚੱਕਿਆ। ਹੁਣ ਦੇਖੋ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਹਾਲ, ਦੱਸਦਾ ਇਹਨਾਂ ਦਾ। ਮੈਂ ਹੁਣ ਮੈਨੂੰ ਉਸ ਆਪਣੇ ਦਰਾਹੇ ਤੋਂ ਨਾ ਇੱਥੋਂ 5-6 ਕਿਲੋਮੀਟਰ 'ਤੇ ਪਿੰਡ ਆ ਕਟਾਣਾ ਸਾਹਿਬ, ਉੱਥੇ ਗੁਰਦੁਆਰਾ ਕਟਾਣਾ ਸਾਹਿਬ ਗੁਰਦੁਆਰਾ ਜਿੱਥੇ ਉਹਦੇ ਨਾਲ ਪਿੰਡ ਆ ਕਟਾਣਾ ਸਾਹਿਬ, ਉੱਥੇ ਦਾ ਮੁੰਡਾ ਵਾ ਇੱਕ ਬਲਜੀਤ ਸਿੰਘ, ਉਹਦਾ ਮੈਨੂੰ ਫਿਲੀਪਾਈਨਸ ਤੋਂ ਫੋਨ ਆਉਂਦਾ ਵਾ, ਫਿਲੀਪੀਨਸ 'ਚੋਂ। ਠੀਕ ਆ ਜੀ, ਉਹ ਬਾਈ ਕਹਿੰਦਾ ਬਾਈ ਇਹਨੂੰ ਆਪਣੇ ਗੱਲ ਕਰਨੀ ਆ। ਮੈਂ ਕਿਹਾ ਜੀ ਦੱਸੋ ਬਾਈ। ਉਹ ਬਾਈ ਨੇ ਜੋ ਮੈਨੂੰ ਦੱਸੀਆਂ ਅੱਜ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ, ਅਤੇ ਸਵਾਲ ਕਰੋ ਰਫਤਾਰ ਨੂੰ, ਪੁੱਛਿਓ ਰਫਤਾਰ ਨੂੰ, ਰਫਤਾਰ ਰਾਏ ਬੋਪਾ ਰਾਏ ਖੁਰਦ ਵਾਲਾ, ਉਹਨੂੰ ਸਵਾਲ ਪੁੱਛੋ। ਫਿਰ ਦੇਖੋ ਬਾਈ ਉਹ, ਫਿਰ ਮੈਂ ਰਫਤਾਰ ਨੂੰ ਵੀ ਦੱਸਦਾ, ਹੁਣ ਰਫਤਾਰ ਨੂੰ ਵੀ ਪੁੱਛਿਆ ਸੀ, ਮੈਂ ਦੱਸਦਾ ਸਾਰੀ। ਕਹਿੰਦਾ ਜੀ ਇਹਨਾਂ ਦੇ ਪਿੰਡ ਦਾ ਆਪਣੇ ਉਹ ਬਲਜੀਤ ਬਾਈ ਨੇ ਮੈਨੂੰ ਦੱਸਿਆ, ਬੋਪਾ ਰਾਏ ਖੁਰਦ ਜਿੱਥੇ ਦਾ ਰਫਤਾਰ ਰਾਏ ਆ, ਉਸ ਪਿੰਡ ਦਾ ਇੱਕ ਠੱਗ ਏਜੰਟ ਆ, ਕਾਲਾ ਠੱਗ ਏਜੰਟ, ਕਾਲਾ ਠੱਗ, ਉਸ ਬਲਜੀਤ ਦੇ 7 ਲੱਖ ਰੁਪਈਆ ਪਲੱਸ ਪਾਸਪੋਰਟ ਦੱਬੀ ਬੈਠਾ ਵਾ, ਬੋਪਾ ਰਾਏ ਖੁਰਦ ਦਾ ਰਫਤਾਰ ਰਾਏ ਦੇ ਪਿੰਡ ਦਾ ਬੰਦਾ ਕਾਲਾ ਠੱਗ, 7 ਲੱਖ ਰੁਪਈਆ ਪਲੱਸ ਪਾਸਪੋਰਟ ਉਹ ਬਲਜੀਤ ਦਾ ਦੱਬੀ ਬੈਠਾ, ਮੁੰਡਾ ਫਿਲੀਪੀਨਸ 'ਚ ਆ ਹੁਣ ਵੀ। ਪਲੱਸ ਕਹਿੰਦਾ ਇਹਨਾਂ ਦੇ ਪਿੰਡ ਦੀ ਇੱਕ ਗਰੀਬ ਘਰ ਦੀ ਕੁੜੀ 18-19 ਸਾਲ ਦੀ, ਉਹ ਲਿਜਾ ਕੇ ਉਸ ਬੰਦੇ ਨੇ ਫਿਲੀਪੀਨਸ 'ਚ ਵੇਚਤੀ, ਫਿਲੀਪੀਨਸ 'ਚ ਵੇਚਤੀ। ਅਤੇ ਜਦੋਂ ਬੰਦਾ ਉਹ ਸਾਰਾ ਬੰਦਾ ਵੇਚਤੀ, ਅਤੇ ਜਿਹੜੇ 2-4 ਮਹੀਨੇ ਬਾਅਦ ਉਹ ਬੰਦਾ ਭੱਜ ਗਿਆ, ਜਿਹਨੂੰ ਵੇਚੀ ਉਹ ਬੰਦਾ ਭੱਜ ਗਿਆ ਜਪਾਨ। ਫਿਰ ਬਾਅਦ 'ਚ ਉਹ ਕੁੜੀ ਵਾਪਸ ਫਿਰ ਪਿੰਡ ਬੁਲਾ ਲਈ, ਫਿਰ ਵਾਪਸ ਬੁਲਾਈ ਉਸ ਕਾਲੇ ਠੱਗ ਨੇ। ਦੇਖੋ ਤੁਸੀਂ ਹਾਲ, ਇਹ ਬਣੇ ਫਿਰਦੇ ਨੇ ਬਾਹਰ ਸਮਾਜ ਸੇਵਾ ਕਰਦੇ ਨੇ, ਪਹਿਲਾਂ ਆਪਣਾ ਪਿੰਡ ਤਾਂ ਸਾਫ਼ ਕਰ ਲਓ, ਪਹਿਲਾਂ ਆਪਣਾ ਪਿੰਡ ਤਾਂ ਸਾਫ਼ ਕਰ ਲਓ। ਸਮਝ ਲੱਗੀ ਬਾਈ, ਕਾਲਾ ਠੱਗ ਨਾਮ ਦਾ ਨਾ ਰਫਤਾਰ ਰਾਏ ਦੇ ਪਿੰਡ ਦਾ ਇੱਕ ਬੰਦਾ ਵਾ, ਬੋਪਾ ਰਾਏ ਖੁਰਦ ਦਾ, ਰਫਤਾਰ ਰਾਏ ਦੇ ਪਿੰਡ ਬੋਪਾ ਰਾਏ ਖੁਰਦ ਦਾ ਇੱਕ ਬੰਦਾ ਕਾਲਾ ਠੱਗ, ਠੱਗ ਕਾਲਾ ਠੱਗ। ਉਸ ਬੰਦੇ ਨੇ ਪਹਿਲਾਂ ਇੱਕ ਵੀਰ ਭੇਜਿਆ, ਉਹ ਤੋਂ 7 ਲੱਖ ਰੁਪਈਆ ਪਲੱਸ ਪਾਸਪੋਰਟ ਦੱਬੀ ਬੈਠਾ, ਉਹਦਾ ਦਿੰਦਾ ਨਹੀਂ ਵਾਪਸ। ਠੀਕ ਆ, ਫਿਰ ਉਹਨੇ ਰਫਤਾਰ ਰਾਏ ਦੇ ਪਿੰਡ ਦੀ, ਉਹ ਆਪਣੇ ਪਿੰਡ ਦੀ, ਉਹ ਉਸੇ ਪਿੰਡ ਦਾ ਕਾਲਾ ਠੱਗ ਆ, ਆਪਣੇ ਪਿੰਡ ਦੀ ਇੱਕ ਕੁੜੀ 18-19 ਸਾਲ ਦੀ ਉੱਥੇ ਲਿਜਾ ਕੇ ਕਿਸੇ ਬੰਦੇ ਕੋਲ ਉਹ ਵੇਚਤੀ। ਠੀਕ ਨਹੀਂ, ਜਦੋਂ ਬੰਦਾ 3-4 ਮਹੀਨੇ ਬਾਅਦ ਆਪ ਤਾਂ ਉਹ ਬੰਦਾ ਭੱਜ ਗਿਆ ਜਪਾਨ, ਬਾਅਦ 'ਚ ਉਹ ਕੁੜੀ ਉਸੇ ਕਾਲੇ ਠੱਗ ਨੇ ਵਾਪਸ ਬੁਲਾ ਕੇ ਪਿੰਡ ਬਿਠਾਤੀ, ਗਰੀਬ ਘਰ ਦੀ ਕੁੜੀ ਉਹ। ਮੈਂ ਰਫਤਾਰ ਨੂੰ ਪਰਸੋਂ ਮੈਂ ਰਫਤਾਰ ਨੂੰ ਉਸ ਵੀਰ ਦੇ ਨਾਲ ਲੈਣ 'ਤੇ ਲੈ ਕੇ ਗੱਲ ਕਰਾਈ। ਰਫਤਾਰ ਮੈਨੂੰ ਕਹਿੰਦਾ ਜੀ ਮੈਂ ਸਵੇਰੇ ਤੁਹਾਨੂੰ ਘੰਟੇ 'ਚ ਦੱਸਦਾ। ਠੀਕ ਨਹੀਂ, ਇਹਨੇ ਮੈਨੂੰ 2 ਦਿਨ ਹੋ ਗਏ, ਮੈਂ ਇਹਨੂੰ ਫੋਨ ਕਰੀ ਜਾਂਦਾ, ਮੇਰਾ ਫੋਨ ਨਹੀਂ ਚੱਕਦਾ ਰਫਤਾਰ। ਦੂਜੀ ਗੱਲ, ਰਫਤਾਰ ਨੂੰ ਕਹਿ ਬਾਹਰ ਤਾਂ ਜਾ ਕੇ, ਤੂੰ 3 ਜ਼ਿਲ੍ਹੇ 'ਤੇ ਜ਼ਿਲ੍ਹਾ ਜਾ ਕੇ ਆਪਣੇ ਬੜਕਾ ਮਾਰਦਾ, ਪਹਿਲਾਂ ਆਪਣੇ ਚਾਚੇ ਨੂੰ ਪੁੱਛ, ਤੇਰਾ ਸਕਾ ਚਾਚਾ 2 ਨੰਬਰ 'ਚ ਬੰਦੇ ਭੇਜਦਾ ਫਿਲੀਪਾਈਨਸ 'ਚ, 2 ਨੰਬਰ 'ਚ, 2 ਨੰਬਰ 'ਚ ਰਫਤਾਰ ਦਾ ਚਾਚਾ ਹਰਜੀਤ ਸਿੰਘ।
ਰਫਤਾਰ ਦਾ ਚਾਚਾ ਹਰਜੀਤ ਸਿੰਘ ਪੁੱਛੋ ਬੰਦੇ ਭੇਜਦਾ ਕਿ ਨਹੀਂ ਭੇਜਦਾ ਫਿਲੀਪੀਨ ਚ, 19 ਚ ਵੀ ਬੰਦੇ ਭੇਜੇ, 20 ਚ ਵੀ ਭੇਜੇ, ਪੁੱਛੋ ਪੁੱਛੋ। ਆਹ ਦੇਖੋ ਲਿਖ ਰਿਹਾ ਬਾਈ, ਆ ਬਾਈ ਆ ਗਿਆ ਲੈਣ ਤੇ, ਆ ਬਾਈ ਆ ਗਿਆ ਆਪਣਾ ਕਮੈਂਟ ਲਿਖ ਰਿਹਾ, ਰਫਤਾਰ ਰਾਏ ਦਾ ਚਾਚਾ ਵੀ 1,05,00,000 ਲੈਂਦਾ ਵੀਰੇ ਫਿਲੀਪੀਨ ਭੇਜਣ ਦਾ। ਆਹ ਦੇਖ ਲਓ ਬਾਈ, ਹੁਣ ਪੁੱਛੋ ਉਹਨੂੰ, ਪੁੱਛੋ ਰਫਤਾਰ ਨੂੰ ਹੁਣ ਕਿ ਕਰਾ ਦਊਗਾ ਪੈਸੇ ਵਾਪਸ ਲੈ ਕੇ, ਨਹੀਂ ਤਾਂ ਮੈਂ ਤਾਂ ਲੈ ਹੀ ਲਊਂਗਾ, ਫਿਰ ਮੈਂ ਤਾਂ ਲੈ ਹੀ ਲਊਂਗਾ। ਮੇਰਾ ਫੋਨ ਨਹੀਂ ਚੱਕਿਆ ਉਹਨੇ, 2 ਦਿਨ ਹੋ ਗਏ, ਘੰਟੇ ਦਾ ਟਾਈਮ ਲਿਆ ਸੀ ਕਿ ਵੱਡੇ ਬਾਈ ਮੈਨੂੰ ਘੰਟੇ ਦਾ ਟਾਈਮ ਲਓ, ਮੈਂ ਚਾਚੇ ਨਾਲ ਗੱਲ ਕਰਦਾ ਆਪਣੇ ਨਾਲ। 2 ਦਿਨ ਹੋ ਗਏ, ਅੱਜ ਮੈਂ ਸਵੇਰ ਦਾ ਫੋਨ ਕਰ ਰਿਹਾ, ਮੈਂ ਕਿਹਾ ਜੇ ਫੋਨ ਨਾ ਆਇਆ ਮੈਂ ਸਾਰੀ ਗੱਲ ਮੀਡੀਆ 'ਚ ਰੱਖ ਦੇਣੀ ਆ, ਸਾਰੀ ਗੱਲ ਹੁਣ ਮੈਂ ਮੀਡੀਆ 'ਚ ਰੱਖ ਰਿਹਾ। ਇਹਨਾਂ ਦੇ ਪਿੰਡ ਦਾ ਹੀ ਕਾਲਾ ਠੱਗ ਆ, ਇਹਨਾਂ ਦੇ ਪਿੰਡ ਦਾ ਹੀ ਆਪਣੇ ਹਰਜੀਤ ਚਾਚਾ ਵਾ, ਰਫਤਾਰ ਰਾਏ ਦਾ ਚਾਚਾ, ਬੋਪਾ ਰਾਏ ਖੁਰਦ ਤੋਂ। ਪੁੱਛੋ ਇਹਨਾਂ ਨੂੰ ਵੱਡਿਆਂ ਨੂੰ ਕਿ ਤੇਰਾ ਸਕਾ ਚਾਚਾ ਤਾਂ ਜੰਟੀ ਕਰ ਰਿਹਾ ਵਾ, ਮੁੰਡੇ ਫਿਲੀਪੀਨਸ ਭੇਜਦਾ 2 ਨੰਬਰ 'ਚ, ਤੂੰ ਬਾਹਰ ਜਾ ਕੇ ਲੋਕਾਂ ਦੀਆਂ ਇਮਾਨਦਾਰੀਆਂ ਲੋਕਾਂ ਨੂੰ ਦਿਖਾਉਣਾ ਪਿਆ ਵਾ, ਲੱਡੂ ਬਣਦਾ ਤੂੰ ਜਾ ਕੇ ਕਚਹਿਰੀਆਂ 'ਚ, ਤੂੰ ਲੱਡੂ ਬਣਦਾ ਪਹਿਲਾਂ ਆਪਣੇ ਚਾਚੇ ਤੋਂ ਤਾਂ ਹਿਸਾਬ ਦਵਾ ਲਾ ਕਿ ਚਾਚਾ ਤੂੰ 2 ਨੰਬਰ 'ਚ ਮੁੰਡੇ ਭੇਜਦਾ ਬਾਹਰ ਫਿਲੀਪੀਨਸ 'ਚ। ਪੁੱਛ ਆਪਣੇ ਇਹਨੂੰ ਕਹਿ ਲਾਈਵ ਹੋ ਕੇ ਪੁੱਛੇ ਚਾਚੇ ਨੂੰ ਆਪਣੇ ਨੂੰ, ਨਹੀਂ ਭੇਜਦਾ ਤਾਂ ਪੁੱਛੇ ਤੁਹਾਡੇ ਇੱਥੇ ਬੋਪਾ ਰਾਏ ਖੁਰਦ ਦੀ ਕੁੜੀ ਲਿਜਾ ਕੇ, ਬੋਪਾ ਰਾਏ ਖੁਰਦ ਦੇ ਰਫਤਾਰ ਦੇ ਰਫਤਾਰ ਦੇ ਪਿੰਡ ਬੋਪਾ ਰਾਏ ਖੁਰਦ ਦੀ ਕੁੜੀ ਲਿਜਾ ਕੇ ਉੱਥੇ ਫਿਲੀਪੀਨ 'ਚ ਕਿਸੇ ਬੰਦੇ ਨੂੰ ਵੇਚਤੀ, 4 ਮਹੀਨੇ ਬਾਅਦ ਉਹ ਬੰਦਾ ਭੱਜ ਗਿਆ ਜਪਾਨ, ਬਾਅਦ 'ਚ ਉਸੇ ਕਾਲੇ ਠੱਗ ਨੇ ਫਿਰ ਦੁਬਾਰਾ ਲਿਆ ਕੇ ਘਰੇ ਬਿਠਾ ਦੀ ਕੁੜੀ, ਉਹ ਵਿਚਾਰੀ 20 ਸਾਲ ਦੀ, ਫਿਰ ਦੁਬਾਰਾ ਲਿਆ ਕੇ ਕੁੜੀ ਵਾਪਸ ਬੁਲਾ ਕੇ ਫੇਰ ਬਿਠਾ ਤੀ ਪਿੰਡ। ਗਰੀਬ ਦੀ ਕੁੜੀ ਨੂੰ ਤਾਂ ਉਹ ਕਰ ਲਓ ਇਨਸਾਫ ਦਵਾ ਲਾ ਪਹਿਲਾਂ, ਬਾਅਦ 'ਚੋਂ ਜਾਈ ਉੱਥੇ ਭਾਂਡੇ ਪਿੱਛੇ ਤਾਂ ਬਾਅਦ 'ਚੋਂ ਜਾਈ, ਪਹਿਲਾਂ ਆਪਣੇ ਪਿੰਡ 'ਚ ਤਾਂ ਬੋਲ ਲਾ, ਇੱਥੇ ਤੁਸੀਂ ਬੋਲਦੇ ਨਹੀਂ ਹੈਗੇ ਇੱਥੇ, ਕਿਉਂਕਿ ਤੇਰਾ ਚਾਚਾ ਇਨਵੋਲਵ ਆ ਤਾਂ ਨਹੀਂ ਤੂੰ ਬੋਲਦਾ ਹਨਾ, ਮੈਨੂੰ ਲੱਗਦਾ ਤਾਂ ਨਹੀਂ ਤੂੰ ਬੋਲਿਆ ਕਿ ਤੇਰਾ ਚਾਚਾ ਹਰਜੀਤ ਸਿੰਘ ਵਿੱਚ ਇਨਵੋਲਵ ਆ, ਉਹ ਬੰਦੇ ਭੇਜਦਾ 2 ਨੰਬਰ 'ਚ। ਮੈਂ ਇਹਨੂੰ ਪਰਸੋਂ ਵੀ ਕਿਹਾ ਸੀ ਕਿ ਭਾਈ ਬੰਦਿਆਂ ਵਾਂਗੂ ਦੱਸ ਦੇ 7,00,000 ਰੁਪਇਆ ਤੇ ਪਾਸਪੋਰਟ ਕਦੋਂ ਲੈ ਕੇ ਦਿੰਦਾ, ਇਹਨੇ ਮੈਨੂੰ ਫੋਨ ਹੀ ਚੱਕਦਾ ਪਿਆ। ਕੋਈ ਨਾ ਹੁਣ ਮੈਂ ਤਾਂ ਲੈ ਕੇ ਦਿਖਾਊ ਤੈਨੂੰ, ਪੈਸੇ ਵੀ ਲੈ ਕੇ ਦਿਖਾਊ, ਉਸ ਗਰੀਬ ਧੀ ਨੂੰ ਵੀ ਮੈਂ ਇਨਸਾਫ ਲੈ ਕੇ ਦਿਖਾਊ ਤੈਨੂੰ, ਦੇਖੀ ਤੂੰ ਕੀ ਭਾਅ ਵੇਖਦੀ ਆ ਹੁਣ। ਹੁਣ ਮੈਂ ਇਹੀ ਕਹਿੰਦਾ ਮੇਰੇ ਸਵਾਲਾਂ ਦਾ ਜਵਾਬ ਦੇਵੇ ਰਫਤਾਰ, ਸਵਾਲਾਂ ਦਾ ਜਵਾਬ ਦੇਵੇ ਮੇਰੇ ਰਫਤਾਰ ਕਿ ਨਹੀਂ ਤੇਰਾ ਚਾਚਾ ਕਰਦਾ ਜੰਟੀ 2 ਨੰਬਰ 'ਚ, ਨਹੀਂ ਪੈਂਦੇ ਭੇਜਦਾ ਬਾਅਦ ਤਾਂ ਦੱਸ, ਮੈਂ ਮੁੰਡੇ ਵੀ ਲਿਆਉਂ ਲਾਈਵ ਦੇ ਵਿੱਚ, ਮੇਰੇ ਤੋਂ ਨੰਬਰ ਲੈ ਲਓ ਜਿਹਨੇ ਲੈਣਾ ਬਾਈ ਬਲਜੀਤ ਦਾ। ਹਾਂ ਬਾਈ ਬੋਪਾ ਰਾਏ ਖੁਰਦੇ ਹੀ ਗਿਆ ਮੈਂ, ਰਫਤਾਰ ਦਾ ਪਿੰਡ ਹੀ ਆ, ਬੋਪਾ ਰਾਏ ਖੁਰਦੇ ਹੀ ਆ, ਕਾਲਾ ਠੱਗ ਨਾਮ ਦਾ ਏਜੰਟ, ਉਹ ਵੀ ਇਸੇ ਪਿੰਡ ਦਾ ਹੀ ਆ। ਇਹਦਾ ਚਾਚਾ ਹਰਜੀਤ ਸਿੰਘ ਦੋਵੇਂ ਏਜੰਟੀ ਕਰਦੇ ਨੇ, ਫਿਲੀਪੀਨਸ ਭੇਜਦੇ ਨੇ ਬੰਦੇ, ਕੁੜੀ ਵੀ ਭੇਜੀ ਵਿਚਾਰੀ ਗਰੀਬ ਘਰ ਦੀ ਬੇਇੱਜ਼ਤੀ ਉੱਤੇ, ਬਾਅਦ 'ਚੋਂ ਲਿਆ ਆ ਵਾਪਸ, 4 ਮਹੀਨੇ ਬਾਅਦ ਵਾਪਸ ਲਾ ਲਈ। ਆਹ ਕੰਮ ਕਰ ਗਏ, ਇੰਨੇ ਗਿਰ ਗਏ ਯਾਰ ਤੁਸੀਂ ਲੋਕ, ਇੰਨੇ ਗਿਰ ਗਏ ਯਾਰ, ਗਰੀਬ ਦੀ ਧੀ ਦੀ ਕੋਈ ਇੱਜ਼ਤ ਨਹੀਂ ਹੈਗੀ, ਮੈਨੂੰ ਦੱਸੋ ਗਰੀਬ ਦੀ ਧੀ ਦੀ ਕੋਈ ਇੱਜ਼ਤ ਨਹੀਂ, ਫੜਾ ਬੜੀਆਂ ਬੜੀਆਂ ਮਾਰਦਾ ਤੂੰ ਬਹਿ ਕੇ ਉੱਥੇ, ਫੇਸਬੁੱਕ ਤੇ ਬਹਿ ਕੇ ਬੜੀਆਂ ਬੜੀਆਂ ਫੜਾ ਮਾਰਦਾ, ਕਦੇ ਆਹ ਚੋਰ ਜੀ, ਕਦੇ ਉਹ ਚੋਰ ਜੀ, ਏਜੰਟ ਤਾਂ ਆਹ ਜੀ, ਆਪਣੀ ਵਾਰ ਨੂੰ ਕੀ ਹੋ ਗਿਆ ਹੁਣ ਤੈਨੂੰ, ਤੂੰ ਮੇਰਾ ਫੋਨ ਵੀ ਨਹੀਂ ਚੱਕ ਰਿਹਾ, ਹੁਣ ਦੇ ਲਾਈਵ ਹੋ ਕੇ ਜਵਾਬ, ਦੇ ਲਾਈਵ ਹੋ ਕੇ, ਦੇ ਨੰਬਰ ਵੀ ਪਾਤਾ ਬਾਈ ਨੇ ਹੁਣ ਆਪਣਾ, ਕਰ ਗੱਲ ਸਾਡੇ ਨਾਲ, ਅਸੀਂ ਕਹਿੰਦੇ ਹਾਂ। ਮੈਂ ਇਹਨੂੰ ਪਰਸੋਂ ਵੀ ਕਿਹਾ, ਮੈਂ ਕਿਹਾ ਬੰਦਿਆਂ ਵਾਂਗੂ ਸਮਝਾ ਦੇ ਉਹਨੂੰ, ਕਾਲੇ ਨੂੰ ਤੇ ਆਪਣੇ ਚਾਚੇ ਨੂੰ, ਕਿ 7,00,000 ਰੁਪਇਆ ਪਾਸਪੋਰਟ ਤੇ ਉਸ ਧੀ ਨੂੰ ਇਨਸਾਫ ਦੇ ਦਾ, ਜੇ ਮੈਂ ਲੈਣ ਤੇ ਆ ਗਿਆ ਮੈਂ ਹੋਰ ਹਿਸਾਬ ਨਾਲ ਲਊ। ਫਿਰ ਪੁੱਛੋ ਇਹਨਾਂ ਨੂੰ ਜਿਹੜੇ ਮੈਨੂੰ ਸਵਾਲ ਕਰਦੇ ਪਏ ਸੀ, ਪੁੱਛੋ ਰਫਤਾਰ ਨੂੰ ਹੁਣ, ਪੁੱਛੋ ਰਫਤਾਰ ਨੂੰ ਕਿ ਤੇਰਾ ਚਾਚਾ ਤਾਂ ਆਪ ਏਜੰਟੀ ਕਰਦਾ, ਪੁੱਛੋ ਰਫਤਾਰ ਨੂੰ ਮੈਂ ਕਹਿੰਦਾ।
ਕਿ ਤੇਰਾ ਸਕਾ ਚਾਚਾ ਤਾਂ ਤੇਰਾ ਏਜੰਟੀ ਕਰਦਾ, ਤੂੰ ਬਾਹਰ ਜਾ ਕੇ ਬੜਕਾ ਮਾਰਦਾ, ਏਜੰਟੀ ਵੀ ਦੋ ਨੰਬਰ 'ਚ, ਕੋਈ ਦਫ਼ਤਰ ਨਹੀਂ ਕੁਛ ਨਹੀਂ ਘਰੋਂ ਕਰਦਾ, ਨਾਲੇ ਏਜੰਟੀ। ਹੋਰ ਦੱਸੋ, ਪੁੱਛੋ ਰਫ਼ਤਾਰ ਨੂੰ, ਆਹ ਨੰਬਰ ਬਾਈ ਦਾ ਆ ਗਿਆ ਉੱਪਰ, ਜੇ ਕਿਸੇ ਨੇ ਸੱਚ ਹੋਰ ਵੀ ਸੁਣਨਾ, ਆਹ ਬਲਜੀਤ ਬਾਈ ਦਾ ਨੰਬਰ ਉੱਪਰ ਆ ਰਿਹਾ, ਇੱਥੇ ਕਾਲ ਕਰ ਲਓ। ਹੱਦ ਹੋ ਗਈ ਯਾਰ, ਮੈਂ ਕਹਿੰਦਾ ਤੁਸੀਂ ਆਪਣਾ ਘਰ ਤਾਂ ਪਹਿਲਾਂ ਸਾਫ਼ ਕਰ ਲਾ, ਦੂਜੇ ਦੇ ਘਰ ਤੂੰ ਝਾੜੂ ਮਾਰ ਜਾ ਰਿਹਾ ਵਾ। ਆਹ ਦੇਖ ਲਓ, ਬੋਪਾ ਰਾਏ ਖੁਰਦ ਤੋਂ ਬਹੁਤ ਏਜੰਟ ਨੇ ਜਿਹੜੇ 2 ਲੱਖ 5 ਲੱਖ 5 ਹਜ਼ਾਰ 2 ਲੱਖ ਜਾਂ 5 ਲੱਖ ਲੈਂਦੇ ਨੇ। ਦੇਖ ਲਓ ਆਹ ਲਿਖਿਆ ਬਾਈ ਨੇ ਕਮੈਂਟ, ਬਾਈ ਜੀ ਭਾਨੇ ਨੇ ਤਾਂ ਕੀ ਦਵਾਉਣੇ, ਉਹ ਤਾਂ ਦੇਖਿਓ ਤੁਸੀਂ ਅਜੇ, ਉਹ ਤਾਂ ਮੈਨੂੰ ਲੱਗਦਾ ਹਿੱਸਾ ਨਾ ਲੈਂਦਾ ਹੋਵੇ, ਰਫ਼ਤਾਰ ਵੀ ਹਿੱਸਾ ਨਾ ਲੈਂਦਾ ਹੋਵੇ ਵਿੱਚੋਂ, ਮੈਨੂੰ ਤਾਂ ਇਹ ਡਰ ਹੈ ਕਿਤੇ ਇਹਦਾ ਬਿਨਾਂ ਕੋਈ ਹੋਵੇ ਚੱਕਰ। ਮੈਨੂੰ ਇਹ ਵੀ ਡਰ ਆ ਨਾ ਕਿਤੇ ਰਫ਼ਤਾਰ ਵੀ ਵਿੱਚੋਂ ਕੁਛ ਹਿਸਾਬ ਤਾਂ ਚਾਚੇ ਨਾਲ ਲਾਈ ਬੈਠਾ ਹੋਵੇ, ਮੈਨੂੰ ਇਹ ਵੀ ਡਰ ਆ ਕਿ ਚਾਚਾ ਕੋਈ ਗੱਲ ਨਹੀਂ, ਹੁਣ ਜਦੋਂ ਪੋਲ ਖੁੱਲਣੀ ਹੈ ਮੇਰਾ ਫੋਨ ਵੀ ਨਹੀਂ ਚੱਕ ਰਿਹਾ। ਬਾਈ ਜੀ ਮੈਂ ਫੋਨ ਕੀਤਾ ਇਸ ਬੰਦੇ ਨੂੰ, ਫੋਨ ਨਹੀਂ ਚੱਕ ਰਿਹਾ ਮੇਰਾ ਹੁਣ ਇਹ, ਮੈਂ ਸਵੇਰ ਦੇ 10 ਕਾਲਾਂ ਲਾ ਲਈਆਂ ਇਹਨੂੰ, ਹੁਣ ਮੈਂ ਲੈ ਕੇ ਦਿਖਾਊਂਗਾ ਇਹਨੂੰ ਪੈਸੇ, 7 ਲੱਖ ਪਲੱਸ ਵਿਆਜ ਪਲੱਸ ਪਾਸਪੋਰਟ ਲੈ ਕੇ ਦਿਖਾਊ, ਉਸ ਗਰੀਬ ਦੀ ਧੀ ਨੂੰ ਵੀ ਇਨਸਾਫ ਲੈ ਕੇ ਦਿਖਾਊ, ਦੇਖੀ ਇਹਨੂੰ ਮੈਂ ਬਣਾਉਂਦਾ ਹੁਣ ਇਹਨਾਂ ਨੂੰ। ਨਾਲੇ ਇਹਨੂੰ ਮੈਂ ਪਿਆਰ ਨਾਲ ਪਰਸੋਂ ਕਿਹਾ ਕਿ ਬਾਈ ਮੈਂ ਜੇ ਸੋਸ਼ਲ ਮੀਡੀਆ 'ਤੇ ਆਏਗਾ ਤੇਰਾ ਕੁਛ ਨਹੀਂ ਰਹਿਣਾ, ਤੈਨੂੰ ਜਵਾਬ ਦੇਣੇ ਔਖੇ ਹੋ ਜਾਣੇ ਆ, ਸਵੇਰ ਦਾ ਕਾ ਪਰਸੋਂ ਦਾ ਮੈਨੂੰ ਫੋਨ ਹੀ ਚੱਕ ਰਿਹਾ ਮੇਰਾ ਇਹ, ਠੀਕ ਆ ਨਾ। ਮੈਂ ਉਹੀ ਕਹਿੰਦਾ ਜਵਾਬ ਦੇ ਦੇਵੇ ਮੈਨੂੰ ਮੇਰੀ ਗੱਲ ਦਾ ਇਹ ਰਫ਼ਤਾਰ, ਹੁਣ ਲਾਈਵ ਹੋ ਕੇ ਜਾਂ ਆਪਣੇ ਚਾਚੇ ਤੋਂ ਦਵਾਵੇ, ਫਿਰ ਮੁੰਡੇ ਦਾ ਆ ਜਾਣਗੇ ਹੋਰ ਵੀ ਬਹੁਤ ਨੇ ਫਿਲਪੀਨ 'ਚ ਬੈਠੇ, ਉਹ ਵੀ ਲਿਆਊ, ਮੈਂ ਸਾਰੇ ਲਿਆਊ, ਕਿਵੇਂ ਕਿਵੇਂ ਭੇਜ ਦਿਓ ਤੁਸੀਂ 2 ਨੰਬਰ 'ਚ, ਅਤੇ ਕਿਵੇਂ ਕੀ ਕੁਛ ਕਰਦੇ ਹੋ ਫਿਰ ਬਾਅਦ 'ਚ ਉੱਥੇ ਜਾ ਕੇ, ਉੱਥੇ ਪਹੁੰਚ ਗਏ ਕੰਮ ਦੀ ਜ਼ਿੰਮੇਵਾਰੀ ਲੈਂਦੇ ਨੇ ਫਿਰ ਫੋਨ ਚੱਕਣਾ ਬੰਦ ਕਰ ਦਿੰਦੇ ਨੇ। ਬਾਈ ਕਹਿੰਦਾ ਦੱਸੋ, ਬਿਲਕੁਲ ਬਾਈ ਬਿਲਕੁਲ, ਹੁਣ ਜਮਾਂ ਹੀ ਇਹਦੀ ਮਦਦ ਨਹੀਂ ਕਰਨੀ ਆਪਾਂ ਬਾਈ, ਕੁਛ ਨਹੀਂ ਕਰਨਾ ਇਹਨਾਂ ਲੋਕਾਂ ਨਾਲ, ਬਸ ਫੋਨ ਚੱਕਣਾ ਬੰਦ ਕਰੋ ਇਹਨਾਂ ਲੋਕਾਂ ਦਾ ਜੀ, ਇਹ ਲੋਕ ਲਾਇਕ ਨਹੀਂ ਹੈਗੇ, ਲਾਇਕ ਨਹੀਂ। ਆਪਣੇ ਬਾਈ ਜੀ ਨੇ, ਆਪਣੇ ਚੌਧਰੀ ਸਾਹਿਬ ਆਪਣੇ, ਪੁੱਛੋ ਇਹਨਾਂ ਨੇ ਕੀ ਨਹੀਂ ਕੀਤਾ ਰਫ਼ਤਾਰ ਲਈ, ਪੁੱਛੋ ਪੁੱਛੋ। ਇਹ ਚੌਧਰੀ ਸਾਹਿਬ ਨੇ ਆਪਣੇ, ਜਦੋਂ ਪਿਛਲੀ ਵਾਰ ਇੱਥੇ ਪੈਣ ਲੱਗਾ ਚੌਧਰੀ ਸਾਹਿਬ ਨੇ ਪਹੁੰਚਾਇਆ ਇਹਨੂੰ, ਜਦੋਂ ਪਿਛਲੀ ਵਾਰ SSP ਮਾਨਸਾ ਨੇ ਬੁਲਾਇਆ ਸੀ ਨਾ ਇਹਨੂੰ, SSP ਮਾਨਸਾ ਨੇ ਇਹਨੂੰ ਰਫ਼ਤਾਰ ਨੂੰ ਬੁਲਾਇਆ ਸੀ, ਚੌਧਰੀ ਸਾਹਿਬ ਨੇ ਫੋਨ ਕੀਤਾ ਤਾਂ ਜਾ ਕੇ ਬੱਚਾ ਪੁੱਛੋ ਇਹਨੂੰ ਰਫ਼ਤਾਰ ਨੂੰ, ਲੱਖੇ ਨੇ ਵੀ ਜਵਾਬ ਦਿੱਤਾ ਸੀ, ਭਾਨੇ ਨੇ ਵੀ ਜਵਾਬ ਦਿੱਤਾ ਸੀ ਤੁਰਨ ਤੋਂ, ਆ ਚੌਧਰੀ ਸਾਹਿਬ ਨਾ ਹੁੰਦੇ ਅੱਜ ਅੰਦਰ ਬੈਠਾ ਹੁੰਦਾ ਇਹ ਵੀ, ਸਾਨੂੰ ਤਾਂ ਤੁਸੀਂ ਕਹਿੰਦੇ ਹੋ ਮਾੜੇ, ਪੁੱਛੋ ਸੱਚ। ਰਫ਼ਤਾਰ ਨੂੰ ਇੱਕ ਗੱਲ ਪੁੱਛੋ ਕਿ ਤੇਰੇ ਖਿਲਾਫ਼ ਇੱਕ ਉਹ ਗਈ ਸੀ ਆਪਣੇ ਗਿਆਨੀ ਬੂਟਾ ਸਿੰਘ ਨੇ, ਆਪਣੇ ਰਫ਼ਤਾਰ ਦੇ ਅਗੇਂਸਟ ਨਾ ਗਿਆਨੀ ਬੂਟਾ ਸਿੰਘ ਨੇ SSP ਮਾਨਸਾ ਨੂੰ ਇੱਕ ਕੰਪਲੇਂਟ ਦਿੱਤੀ ਸੀ, ਉਸ ਕੰਪਲੇਂਟ ਦੇ ਰਿਗਾਰਡਿੰਗ SSP ਮਾਨਸਾ ਨੇ ਰਫ਼ਤਾਰ ਨੂੰ ਬੁਲਾਇਆ ਸੀ, ਰਫ਼ਤਾਰ ਨੇ ਪਹਿਲਾਂ ਗਿਆ ਭਾਨੇ ਕੋਲ, ਫੇਰ ਗਿਆ ਲੱਖੇ ਕੋਲ, ਕੋਈ ਨਹੀਂ ਤੁਰਿਆ ਇਹਦੇ ਨਾਲ, ਕੋਈ ਨਹੀਂ ਤੁਰਿਆ ਇਹਦੇ ਨਾਲ, ਫਿਰ ਇਹਨੇ ਹਾਰ ਕੇ ਚੌਧਰੀ ਆਪਣੇ ਚੌਧਰੀ ਸਾਹਿਬ ਨੂੰ ਮਲੋਟ ਫੋਨ ਕੀਤਾ, ਚੌਧਰੀ ਸਾਹਿਬ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਕਰੋ ਜੀ ਮਦਦ, ਕੋਈ ਗੱਲ ਨਹੀਂ ਬੱਚਾ ਵਾ, ਫਿਰ ਕੋਈ ਗੱਲ ਨਹੀਂ ਬੱਚਾ ਵਾ, ਕੋਈ ਗੱਲ ਨਹੀਂ ਕਰ ਦਿਉ ਆਪਾਂ ਨੂੰ, ਕੋਈ ਗੱਲ ਨਹੀਂ ਹੈਗੀ, ਕੋਈ ਗੱਲ ਨਹੀਂ, ਬੰਦੇ ਤੋਂ ਗਲਤੀ ਹੋ ਜਾਂਦੀ ਹੈ, ਕੋਈ ਗੱਲ ਨਹੀਂ। ਚੌਧਰੀ ਸਾਹਿਬ ਨੇ ਇਹਨੂੰ ਬਚਾਇਆ ਉਦੋਂ, ਇਹ ਹੁਣ ਟੱਬਾਲਾ ਟੱਪ ਰਿਹਾ ਸੀ, ਲੱਡੂ ਵੰਡ ਰਿਹਾ ਸੀ ਨਾ, ਹੁਣ ਤੈਨੂੰ ਮੈਂ ਲੱਡੂ ਵੰਡ ਕੇ ਦਿਖਾਊਂਗੀ ਲੱਡੂ ਵੰਡੀ ਦੇ ਕਿਵੇਂ ਆ, ਪੈਸੇ ਲੈ ਕੇ ਵਿਦ ਵਿਆਜ ਉਸ ਧੀ ਨੂੰ ਇਨਸਾਫ ਲੈ ਕੇ ਲੱਡੂ ਤੈਨੂੰ ਮੈਂ ਵੰਡ ਕੇ ਦਿਖਾਊ ਕਿਵੇਂ ਵੰਡੀ ਦੇ ਆ, ਠੀਕ ਨੀ। ਹੱਦ ਹੋ ਗਈ ਯਾਰ, ਤੁਸੀਂ ਲੋਕਾਂ ਨੇ ਮਜ਼ਾਕ ਹੀ ਬਣਾ ਕੇ ਰੱਖ ਲਿਆ, ਭੈਣੇ ਕੋਈ ਗੱਲ ਨੀ,
ਕਹਿ ਤਾਂ ਸਕਦਾ ਕਿ ਮੇਰੀ ਤਾਂ ਕੋਈ ਗਲਤੀ ਨਹੀਂ, ਪਰ ਮੈਂ ਤੈਨੂੰ ਫੋਨ ਕੀਤਾ ਪਰਸੋਂ, ਫਿਰ ਫੋਨ ਤੇ ਗੱਲ ਕਿਉਂ ਕੀਤੀ ਹੈ ਨਾ ਮੇਰੇ ਨਾਲ ਤੇਰੇ 15-20 ਮਿੰਟ? ਜੇ ਇਹ ਕਹਿ ਸਕਦਾ ਕਿ ਮੇਰੀ ਕੋਈ ਗਲਤੀ ਨਹੀਂ ਰਫਤਾਰ ਕਹੂਗਾ, ਫਿਰ ਰਫਤਾਰ ਨੂੰ ਇਹ ਵੀ ਤਾਂ ਪੁੱਛੋ ਕਿ ਤੇਰਾ ਸਕਾ ਚਾਚਾ ਤਾਂ ਏਜੰਟ ਹੀ ਕਰਦਾ, ਤੂੰ ਬਾਹਰ ਜਾ ਕੇ ਕਿਸੇ ਹੋਰ ਦੀਆਂ ਜ਼ਿੰਮੇਵਾਰੀਆਂ ਚੱਕਦਾ, ਏਜੰਟਾਂ ਨੂੰ ਚੋਰ ਦੱਸਦਾ ਬਾਹਰ ਜਾ ਕੇ, ਫਿਰ ਤੇਰਾ ਏਜੰਟ ਤੇਰਾ ਚਾਚਾ ਵੀ ਚੋਰ ਹੋਇਆ ਫਿਰ ਤਾਂ। ਮੈਂ ਇਹ ਗੱਲ ਕਹਿਣਾ ਮੁੱਕਰ ਜਾਵੇ, ਨਹੀਂ ਗਲਤੀ ਹੋਊਗੀ ਇਹਦੀ, ਇਹਨੂੰ ਮੈਂ ਪਰਸੋਂ ਲੈਣ ਤੇ ਲੈ ਕੇ ਗੱਲ ਕਰਾਈ ਆ, ਇਹ ਉਦੋਂ ਹੀ ਕਹਿ ਦਿੰਦਾ ਭਾਈ ਮੇਰੇ ਚਾਚੇ ਨਾਲ ਗੱਲ ਕਰ ਲਓ, ਮੈਂ ਨਹੀਂ ਆਉਣਾ ਵਿੱਚ, ਉਦੋਂ ਤਾਂ ਇਹ ਕਹਿੰਦਾ ਸੀ ਮੈਂ ਕੋਈ ਨਹੀਂ ਕਰਦਾ ਬਾਈ, ਕਰਦਾ ਬਾਈ ਹੁਣੇ ਗੱਲ ਕਰਦਾ ਕਰਦਾ ਬਾਈ, ਉਦੋਂ ਕਿਉਂ ਨਹੀਂ ਇਹਨੇ ਮੈਨੂੰ ਕਿਹਾ? ਪਹਿਲੀ ਗੱਲ, ਬਾਕੀ ਏਜੰਟ ਕੀ ਲੱਗਦੇ ਨੇ ਇਹਦੇ, ਬਾਕੀ ਏਜੰਟਾਂ ਨੂੰ ਕਿਉਂ ਕਹਿੰਦਾ ਪਿਆ ਚੋਰ, ਇਹ ਕਿਹੜੀ ਦੁਸ਼ਮਣੀ ਹੈ ਇਹਨਾਂ ਦੀ, ਚੋਰ ਕੀ ਚੋਰੀ ਕਰ ਲਿਆ ਉਹਨਾਂ ਨੇ, ਫਿਰ ਆਪਣੇ ਚਾਚੇ ਨੂੰ ਪਹਿਲਾਂ ਚੋਰ ਕਹੇ, ਉਹਦੇ ਕੋਲ ਤਾਂ ਆਫਿਸ ਵੀ ਹੈ ਨਹੀਂ ਇਹਦੇ ਚਾਚੇ ਕੋਲ ਭੈਣੇ, ਰਫਤਾਰ ਦੇ ਚਾਚੇ ਦਾ ਤਾਂ ਕੋਈ ਦੱਸੋ ਇਹਦਾ ਘਰੋਂ ਕਰਦਾ ਕੰਮ, ਰਫਤਾਰ ਹੀ ਸੀ ਨਾ ਲੱਗਿਆ ਹੋਇਆ ਚੋਰ ਕਹਿਣ ਏਜੰਟਾਂ ਨੂੰ ਸਾਰਿਆਂ ਨੂੰ, ਹੁਣ ਦੱਸੋ ਆਪਣੇ ਚਾਚੇ ਨੂੰ ਚੋਰ ਕਹੂਗਾ? ਉਹ ਤਾਂ ਕਰਦਾ ਵੀ ਦੋ ਨੰਬਰ 'ਚ ਹੀ ਭੇਜਦਾ ਮੁੰਡੇ, ਕੋਈ ਵੀਜ਼ਾ ਨਹੀਂ ਲਵਾਉਂਦਾ ਕੁਛ ਨਹੀਂ, ਦੋ ਨੰਬਰ 'ਚ ਭੇਜਦਾ, ਨਾਲੇ ਕੋਈ ਆਫਿਸ ਨਹੀਂ ਕੋਈ ਰਜਿਸਟਰੇਸ਼ਨ ਨਹੀਂ ਉਹਦੇ ਚਾਚੇ ਦੀ, ਪੁੱਛੋ ਆਪਣੇ ਇਹਨਾਂ ਦੇ ਪਿੰਡ ਦੀ ਉਹ ਕੁੜੀ ਲਿਜਾ ਕੇ ਉੱਥੇ ਵੇਚਤੀ ਵਿਚਾਰੀ, 4 ਮਹੀਨੇ ਬਾਅਦ ਘਰੇ ਆ ਕੇ ਹੁਣ ਬੈਠੀ ਆ ਵਿਚਾਰੀ, ਉਹ ਗਰੀਬ ਘਰ ਦੀ ਕੁੜੀ, 18-19 ਸਾਲ ਦੀ ਕੁੜੀ, ਉਹ ਇੱਥੇ ਕਿਉਂ ਨਹੀਂ ਬੋਲਦਾ ਰਫਤਾਰ? ਜਾ ਕੇ ਧੂਰੀ ਤਾਂ ਉੱਥੇ ਜਾ ਕੇ ਤਾਂ ਬੜੀਆਂ ਸਟੇਜਾਂ ਤੇ ਐ ਜੀ ਓ ਜੀ ਬੜੀਆਂ ਬੜਕਾਂ ਮਾਰਦਾ ਸੀ, ਹੁਣ ਜਵਾਬ ਦੇਵੇ ਇਹ ਰਫਤਾਰ ਮੈਨੂੰ ਮੇਰੀਆਂ ਗੱਲਾਂ ਦਾ, ਕਿ ਹੁਣ ਤੁਰੂਗਾ, ਲੈ ਕੇ ਦਊ ਪੈਸੇ ਸਾਨੂੰ, ਤੇ ਪੈਸੇ ਤਾਂ ਮੈਂ ਲੈ ਲੂ ਕੋਈ ਗੱਲ ਨੀ, ਵਿਧ ਵਿਆਜ ਲੈ ਕੇ ਦਿਖਾਊ ਵਿਧ ਵਿਆਜ। ਹਾਂ ਬਾਈ ਇਹ ਸਾਰੇ ਕਹਿੰਦੇ ਸੀ ਚੋਰ ਆ, ਬਾਈ ਰਫਤਾਰ ਵੀ ਕਹਿੰਦਾ ਵਾ ਚੋਰ ਆ, ਏਜੰਟਾਂ ਨੂੰ ਚੋਰੀ ਦੱਸਦੇ ਆ ਇਹ, ਭਾਨਾ ਵੀ ਕਹਿੰਦਾ ਸੀ ਤੇ ਲੱਖਾ ਵੀ ਕਹਿੰਦਾ ਵਾ ਇਹੀ ਗੱਲ, ਤੇ ਰਫਤਾਰ ਵੀ ਇਹੀ ਕਹਿੰਦਾ ਵਾ ਚੋਰ ਆ, ਸਾਰੇ ਏਜੰਟ ਲੈ ਦੱਸ, ਸਾਰੇ ਏਜੰਟ ਚੋਰ ਹੋ ਗਏ, ਇਹੀ ਇਹੀ ਤਿੰਨੇ ਹੋ ਗਏ ਬਸ ਦੁੱਧ ਧੋਤੇ, ਬਾਕੀ ਤਾਂ ਸਭ ਚੋਰ ਹੋ ਗਏ। ਬਲਜੀਤ ਭਾਈ ਉਹ ਐਡ ਕਰਨ ਵਾਲਾ ਸਿਸਟਮ ਨਾ, ਉਹ ਕਿਹਾ ਉਹਨਾਂ ਨੇ ਨਾ ਕਰਿਓ ਹਜੇ ਵਿੱਚ ਐਡ ਕਿਸੇ ਨੂੰ, ਕਿਉਂਕਿ ਤੁਹਾਡੀ ਮੈਂ ਕਹੇ ਆ ਨਾ ਤੁਸੀਂ ਨੰਬਰ ਪਾਇਆ ਵਾ, ਤੁਹਾਨੂੰ ਕਾਲ ਆਊਗੀ, ਤੁਸੀਂ ਜਵਾਬ ਦਿਓ, ਫਿਰ ਤੁਹਾਨੂੰ ਮੈਂ ਦੱਸੂਗਾ, ਤੁਹਾਨੂੰ ਕਾਲ ਆਊਗੀ ਇੱਕ ਪੱਤਰਕਾਰ ਦੀ, ਉਹਨੂੰ ਇੱਕ ਇੱਕ ਚੀਜ਼ ਦੱਸਿਓ ਕਿ ਕਿਵੇਂ ਕਿਵੇਂ ਮੈਂ ਨੰਬਰ ਦੇ ਦਿੱਤਾ ਸੀ ਤੁਹਾਡਾ, ਤੁਹਾਨੂੰ ਫੋਨ ਆਊਗੀ, ਡਿਟੇਲ ਦੇ ਦਿਓ ਉਹਨਾਂ ਨੂੰ, ਵੀਡੀਓ ਆਡੀਓ ਕਾਲ ਕਰਨਗੇ ਤੁਹਾਡੀ, ਡਿਟੇਲ ਲੈਣਗੇ ਸਾਰੀ, ਇਕੱਲੀ ਇਕੱਲੀ ਚੀਜ਼ ਦੱਸਿਓ ਕਿਵੇਂ ਇਹਨਾਂ ਦੇ ਪਿੰਡ ਦੇ ਮੁੰਡੇ ਆਪਣੇ ਏਜੰਟੀ ਕਰਦੇ ਨੇ ਬੋਪਾ ਰਾਏ ਖੁਰਦ ਦੇ, ਰਫਤਾਰ ਦੇ ਇਹਦਾ ਸਕਾ ਚਾਚਾ ਕਿਵੇਂ ਮੁੰਡੇ ਲਿਜਾ ਕੇ ਉੱਥੇ ਭੇਜਦਾ ਵਾ, ਉੱਥੇ ਜਾ ਕੇ ਫਿਰ ਮੁੜ ਕੇ ਫੋਨ ਨਹੀਂ ਚੱਕਦਾ, ਤੇ ਤੁਹਾਡੇ ਕਿਵੇਂ 7 ਲੱਖ ਦੀ ਠੱਗੀ ਵੱਜੀ ਆ, ਕਿਵੇਂ ਉੱਥੇ ਕੁੜੀ ਗਈ ਵਿਚਾਰੀ ਬੇਇੱਜ਼ਤੀ, ਫਿਰ ਮੁੜ ਕੇ ਵਾਪਸ ਲਿਆਂਦੀ, ਉਹ ਸਾਰੀ ਦੱਸਿਓ, ਤੁਹਾਨੂੰ ਉਹ ਤੁਹਾਨੂੰ ਫੋਨ ਕਰੂਗਾ ਬੰਦਾ। ਕਮਾਲ ਆ ਯਾਰ, ਮੈਂ ਕਹਿੰਦਾ ਇਹਨਾਂ ਲੋਕਾਂ ਦੀ, ਸਾਰਿਆਂ ਨੂੰ ਚੋਰ ਦੱਸੀ ਜਾਂਦੇ ਨੇ, ਆਪ ਤੁਸੀਂ ਸਾਡੇ, ਆਪ ਤੁਸੀਂ ਸਭ ਤੋਂ ਵੱਡੇ ਚੋਰ ਹੋ, ਲੋਕਾਂ ਨੂੰ ਚੋਰ ਦੱਸਦੇ ਹੋ, ਆਪ ਤੁਸੀਂ ਸਭ ਤੋਂ ਵੱਡੇ ਚੋਰ ਹੋ। ਮੈਂ ਕਹਿੰਦਾ ਯਾਰ ਆਪਣੇ ਪੰਜਾਬ ਦਾ ਵੀ ਬਸ ਸਰਿਆ ਪਿਆ, ਜਿਹੜਾ 2-4 ਮਿੱਠੀਆਂ ਗੱਲਾਂ ਕਰਦਾ ਆਪਾਂ ਉਹਦੇ ਪਿੱਛੇ ਤੁਰ ਪੈਂਦੇ ਹਾਂ ਬਾਈ, ਬਹੁਤ ਵੱਡੀ ਤਰਾਸਦੀ ਆਪਣੇ ਪੰਜਾਬ ਦੀ, ਬਾਹਲੀ ਤਰਾਸਦੀ ਆ ਬਾਈ, 2 ਮਿੱਠੀਆਂ ਗੱਲਾਂ ਕਰੋ, 2 ਕਿਸੇ ਨੂੰ ਕੋਈ ਗਾਲਾਂ ਕੱਢ ਦਿੰਦਾ ਉਹ ਹੀਰੋ ਬਣ ਜਾਂਦਾ ਬਾਈ, ਉਹ ਹੀਰੋ ਬਣ ਜਾਂਦਾ, ਮੈਂ ਹੈਰਾਨ ਹਾਂ ਬਾਈ ਕੀ ਕਹੀਏ ਯਾਰ, ਜਿਹੜੇ ਹੀਰੋ ਸੀਗੇ ਆਪਾਂ ਉਹਨਾਂ ਦੀ ਤਾਂ ਕਦਰ ਹੀ ਨਹੀਂ ਪਾਈ, ਜਿਹੜੇ ਹੀਰੋ ਸੀਗੇ ਸਾਡੇ ਉਹਨਾਂ ਦੀ ਤਾਂ ਕਦਰ ਹੀ ਨਹੀਂ ਪਾ ਰਹੇ ਆਪਾਂ, ਠੀਕ ਨਹੀਂ। ਮੈਂ ਇਹੀ ਕਹਿੰਦਾ ਹੁਣ ਕੱਲ ਨੂੰ ਧਰਨਾ ਰੱਖਿਆ ਇਹਨਾਂ ਨੇ 3 ਤਰੀਕ ਦਾ, ਜੇ ਭਾਨਾ ਸਿੱਧੂ ਬਾਹਰ ਆਉਂਦਾ ਵਾ ਫਿਰ ਡਾਕਟਰ ਗੁਰਿੰਦਰ ਵੀ ਬਾਹਰ ਆਊਗਾ, ਭਾਈ ਅੰਮ੍ਰਿਤਪਾਲ ਸਿੰਘ ਵੀ ਬਾਹਰ ਆਉਣਗੇ, ਪ੍ਰਧਾਨ ਮੰਤਰੀ ਬਾਜੇ ਕੇ ਵੀ ਬਾਹਰ ਆਉਣਗੇ, ਦਲਜੀਤ ਕਲਸੀ ਬਾਈ ਵੀ ਬਾਹਰ ਆਊਗਾ, ਫਿਰ ਸਾਰੇ ਬਾਹਰ ਆਉਣਗੇ ਜੇ ਭਾਨਾ ਬਾਹਰ ਆਊ, ਕਿਉਂਕਿ ਜਥੇਬੰਦੀਆਂ ਨੂੰ ਅੰਮ੍ਰਿਤਸਰ ਸ਼ੁਰੂ ਹੋ ਗਿਆ ਕੰਮ,
ਉਹ ਕਹਿੰਦੇ ਜੇ ਭਾਨਾ ਬਾਹਰ ਕੱਢਣਾ ਇਕੱਠ ਅਸੀਂ ਕਰਦੇ ਹਾਂ। ਅੰਮ੍ਰਿਤਸਰ ਤੋਂ ਮੈਨੂੰ ਫੋਨ ਆਇਆ ਸੀ, ਉਹ ਕਹਿੰਦੇ ਜੇ ਇਕੱਠੀ ਕਰਕੇ ਇਹਨਾਂ ਨੇ ਬੰਦੀ ਬਾਹਰ ਕੱਢਣੇ ਤਾਂ ਸਾਡੇ ਵੀ ਕਢਾਓ, ਅਸੀਂ ਵੀ ਇਕੱਠ ਕਰਦੇ ਸਾਰੇ ਪੰਜਾਬ 'ਚ। ਕਮਾਲ ਆ ਯਾਰ, ਇਹ ਤਾਂ ਫਿਰ ਸਾਰੀ ਕਢਾਉਣ ਲੱਗ ਜਾਓ ਤੁਸੀਂ, ਸਾਰੀ ਛੱਡ ਦਿਓ, ਇੱਥੇ ਕਾਨੂੰਨ ਨਾਮ ਦੀ ਤਾਂ ਚੀਜ਼ ਹੀ ਕੋਈ ਨਹੀਂ ਹੈਗੀ। ਇੱਥੇ ਬੰਦਾ ਮਾਰ ਦਿਆ ਕਰੋ, ਬੰਦਾ ਮਾਰਤਾ ਨਾਲ 50,000 ਦਾ ਇਕੱਠ ਰੱਖਤਾ ਜੀ, ਆ ਰਿਹਾ ਮੇਰਾ 50,000 ਦਾ ਇਕੱਠ, ਆਹ ਕਤਲ ਕੀਤਾ ਸੀ, ਆਹ ਮਾਫ ਹੋ ਗਿਆ ਜੀ ਮੇਰਾ, ਠੀਕ ਨੀ। ਮੈਂ ਤਾਂ ਇਹੀ ਕਹਿੰਦਾ, ਫਿਰ ਮੈਂ ਤਾਂ ਇੱਕ ਲੱਖੇ ਸਿਧਾਣੇ ਨੂੰ ਮੇਰਾ ਜ਼ਰੂਰ ਸਵਾਲ ਆ ਕਿ ਇਸ ਗੱਲ ਦਾ ਜਵਾਬ ਦੇ ਦੇਵੇ ਕਿ ਲੱਖੇ ਸਿਧਾਣੇ ਦੀ ਜਦੋਂ ਗ੍ਰਿਫਤਾਰੀ ਹੋਣ ਲੱਗੀ ਸੀ, ਭਾਈ ਅੰਮ੍ਰਿਤਪਾਲ ਸਿੰਘ ਸਾਰਾ ਕੰਮ ਕਾਰ ਛੱਡ ਕੇ ਉਹਦੇ ਪਿੰਡ ਬਹਿ ਗਏ ਸੀ ਕਿ ਕਰੋ ਗ੍ਰਿਫਤਾਰ, ਕਰੋ ਗ੍ਰਿਫਤਾਰ ਕਿਵੇਂ ਕਰਦੇ ਹੋ, ਤੇ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਹੋਏ ਆ, ਲੱਖੇ ਸਿਧਾਣੇ ਨੇ ਇੱਕ ਵਾਰ ਵੀ ਸਾਥ ਨਹੀਂ ਦਿੱਤਾ, ਇੱਕ ਵਾਰ ਵੀ ਧਰਨਾ ਨਹੀਂ ਲਾਇਆ ਕਿਤੇ ਵੀ, ਦੱਸ ਦਿਓ ਮੈਨੂੰ ਕਿਤੇ ਵੀ ਲਾਇਆ ਹੋਵੇ, ਪਤਾ ਹੀ ਆ ਸਭ ਨੂੰ, ਦੱਸ ਦਿਓ ਬਾਈ ਜਦੋਂ ਲੱਖੇ ਸਿਧਾਣੇ ਨੂੰ ਪੁਲਿਸ ਗ੍ਰਿਫਤਾਰ ਕਰਨ ਆਉਂਦੀ ਸੀ, ਸਾਰਾ ਕੰਮ ਛੱਡ ਕੇ ਭਾਈ ਅੰਮ੍ਰਿਤਪਾਲ ਸਿੰਘ ਉਹਦੇ ਪਿੰਡ ਚੱਲ ਕੇ ਸਭ ਤੋਂ ਪਹਿਲਾਂ ਜਾ ਕੇ ਬੈਠੇ ਸੀ, ਸਭ ਤੋਂ ਪਹਿਲਾਂ ਜਾ ਕੇ ਭਾਈ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਹੋਏ, ਲੱਖੇ ਸਿਧਾਣੇ ਨੇ ਇੱਕ ਸਟੇਟਮੈਂਟ ਨਹੀਂ ਦਿੱਤੀ, ਇੱਕ ਸਟੇਟਮੈਂਟ, ਤੇ ਨਾ ਹੀ ਕਦੇ ਧਰਨਾ ਲਾਇਆ, ਨਾ ਕੋਈ ਪ੍ਰੋਟੈਸਟ ਕੀਤਾ। ਅੱਜ ਇੱਕ ਬੰਦੇ ਦੇ ਇਲਜ਼ਾਮ ਲੱਗ ਰਹੇ ਨੇ ਠੱਗੀ ਠੋਰੀ ਦੇ, ਬਲੈਕਮੇਲ ਦੇ, ਤੇ ਉਹਦੇ ਪਿੱਛੇ ਧਰਨਾ ਲਾਇਆ ਜਾ ਰਿਹਾ, ਦੱਸੋ। ਮੈਂ ਤਾਂ ਹੀ ਕਹਿੰਦਾ ਜੇ ਭਾਨਾ ਸਾਡੀ ਇਹੀ ਆ, ਜੇ ਭਾਨਾ ਸਿੱਧੂ ਬਾਹਰ ਆਊ, ਫਿਰ ਡਾਕਟਰ ਗੁਰਿੰਦਰ ਵੀ ਬਾਹਰ ਆਊ, ਭਾਈ ਅੰਮ੍ਰਿਤਪਾਲ ਸਿੰਘ ਵੀ ਬਾਹਰ ਆਉਣਗੇ, ਪ੍ਰਧਾਨ ਮੰਤਰੀ ਬਾਜੇ ਕੇ ਵੀ ਆਊਗਾ ਬਾਹਰ, ਤੇ ਨਾਲ ਦਲਜੀਤ ਕਲਸੀ ਵੀ ਬਾਹਰ ਆਊਗਾ। ਪਰ ਸਾਡੀ ਵੀ ਇਹ ਡਿਮਾਂਡ ਆ, ਹੁਣ ਕਰੋ ਗੱਲ ਜਿਹੜੀ ਕਰਨੀ ਸਾਡੇ ਨਾਲ, ਜਥੇਬੰਦੀਆਂ ਅਸੀਂ ਖੜੀਆਂ ਕਰਾਂਗੇ ਸਾਰੀਆਂ ਨਾਲ। ਕਮਾਲ ਆ ਯਾਰ, ਕੋਈ ਕਾਨੂੰਨ ਨਾਮ ਦੀ ਚੀਜ਼ ਹੀ ਹੈ ਨੀ ਗੀ। ਬਿਲਕੁਲ ਬਾਈ ਬਿਲਕੁਲ ਜੀ, ਹਾਂਜੀ ਹਾਂਜੀ, ਅੱਜ ਹੁਣੇ ਆ ਰਿਹਾ ਸੀ ਬਿਆਨ ਆਪਣੇ ਪੰਜਾਬ ਪੁਲਿਸ ਦਾ ਕਿ ਭਾਂਡੇ ਦੇ ਕੋਈ ਆਪਣੇ ਤਸ਼ੱਦਦ ਨਹੀਂ ਹੋਇਆ। ਬਾਈ ਜੀ ਬਿਲਕੁਲ, ਇਹ ਲੋਕਾਂ ਨੇ ਝੂਠ ਬੋਲ ਬੋਲ ਕੇ ਤਸ਼ੱਦਦ ਹੋਇਆ ਜੀ, ਫੇਕ ਬਣਾ। ਮੈਂ ਤਾਂ ਇੱਕ ਗੱਲ ਤੇ ਹੈਰਾਨ ਆ, ਨਾਮ ਰੱਖਿਆ ਹੋਇਆ ਵਾ ਰਾਜ ਸਿੰਘ ਖਾਲਸਾ, ਰਾਜ ਸਿੰਘ ਖਾਲਸਾ, ਦੇਖੋ ਨਾਮ ਕਿੱਡਾ ਆਪਣਾ, ਖਾਲਸਾ ਸ਼ਬਦ ਆ ਗਿਆ ਜਿੱਥੇ, ਕਿੱਡਾ ਪਵਿੱਤਰ ਸ਼ਬਦ ਆ ਉਹ ਬੋ, ਆਪਾਂ ਨਾਮ ਰੱਖ ਕੇ ਤੇ ਸਾਰਾ ਦਿਨ ਆਪਾਂ ਲੋਕਾਂ ਨੂੰ ਝੂਠ ਵੰਡੀ ਜਾਂਦੇ ਹਾਂ ਉਸ ਨਾਮ ਦੇ ਉੱਪਰ, ਸਾਰਾ ਦਿਨ ਆਪਾਂ ਲੋਕਾਂ ਨੂੰ ਝੂਠ ਵੰਡਦੇ ਹਾਂ ਲਾਈਵ ਹੋ ਕੇ। ਦੇਖੋ ਕਿ ਨਾਮ ਬਹੁਤ ਪਵਿੱਤਰ ਆ, ਇਹ ਖਾਲਸਾ ਸ਼ਬਦ ਆ ਨਾ ਜਿਹੜਾ ਬਹੁਤ ਪਵਿੱਤਰ ਆ। ਮੈਂ ਇਹਨੂੰ ਇਹੀ ਕਹਿੰਦਾ ਰਾਜ ਸਿੰਘ ਨੂੰ ਕਿ ਆਪਣੇ ਆਪਣੇ ਨਾਮ ਨਾਲ ਖਾਲਸਾ ਨਾ ਲਾਇਆ ਕਰ, ਕਿਉਂਕਿ ਬੋਲਣਾ ਤਾਂ ਸਾਰਾ ਦਿਨ ਤੂੰ ਝੂਠ ਹੀ ਹੁੰਦਾ ਵਾ, ਕਿਉਂ ਖਾਲਸਾ ਨਾਲ ਲਾਉਂਦਾ ਵਾ। ਮੈਂ ਤੁਹਾਨੂੰ ਦੱਸਦਾ ਇੱਕ ਗੱਲ, ਪਰਸੋਂ ਰਾਜ ਸਿੰਘ ਖਾਲਸਾ ਨੇ ਇੱਕ ਵੀਡੀਓ ਪਾਈ ਕਿ ਭਾਂਡੇ ਤੋਂ ਤੁਰਿਆ ਨਹੀਂ ਜਾਂਦਾ, ਕੱਲ੍ਹ ਕਿ ਪਰਸੋਂ ਪਾਈ ਸੀਗੀ ਇੱਕ ਵੀਡੀਓ, ਤੇ ਕਹਿੰਦਾ ਜੀ ਭਾਂਡੇ ਤੋਂ ਤੁਰਿਆ ਨਹੀਂ ਜਾਂਦਾ ਹੈਗਾ, ਆਹ ਦੇਖੋ ਜੀ ਇੰਨਾ ਤਸ਼ੱਦਦ ਹੋਇਆ। ਉਸੇ ਦਿਨ ਸੇਮ ਕੱਪੜੇ ਦੇਖੋ ਇਹਨੇ ਪਾਈ, ਸਿਰਫ ਇੱਕ 2 ਸਕਿੰਟ ਦੀ ਫੋਟੋ, 2 ਸਕਿੰਟ ਦੀ ਵੀਡੀਓ ਪਾਈ, ਠੀਕ ਨਹੀਂ, 2 ਸਕਿੰਟ ਦੀ ਵੀਡੀਓ ਪਾਈ, ਉਹਦੇ ਵਿੱਚ ਉਹਨੇ ਮਾੜਾ ਜਿਹਾ ਕੀਤਾ ਹੋਣਾ ਵਾ ਵੈਸੇ ਉੱਥੇ, ਫਿਰ ਇਹਨੇ ਵੀਡੀਓ ਬਣਾ ਲਈ, ਵੀਡੀਓ ਬਣਾ ਕੇ ਨੈੱਟ 'ਤੇ ਚੜ੍ਹੇ, 2 ਸਕਿੰਟ 'ਚ ਪਤਾ ਲੱਗ ਜੂ ਬੰਦੇ ਦਾ ਤਸ਼ੱਦਦ ਹੋਇਆ ਜੀ, ਤੁਰਿਆ ਨਹੀਂ ਜਾਂਦਾ। ਬਾਅਦ 'ਚੋਂ ਉਸੇ ਸੇਮ ਕੱਪੜਿਆਂ ਦੀ ਵੀਡੀਓ ਜਿਹੜੀ ਓਰੀਜਨਲ ਵੀਡੀਓ PTC 'ਤੇ ਵੀ ਚੱਲੀ ਆ, ਹੋਰ ਲਿਵਿੰਗ ਸਾਰੇ ਨਿਊਜ਼ ਚੈਨਲ 'ਤੇ ਚੱਲੀ ਆ, ਉੱਥੇ ਤਾਂ ਘੋੜੇ ਵਾਂਗੂ ਭੱਜਿਆ ਜਾਂਦਾ ਉਹ, ਉੱਥੇ ਤਾਂ ਉਹ ਘੋੜੇ ਵਾਂਗੂ ਭੱਜਿਆ ਜਾਂਦਾ ਵਾ, ਉੱਥੇ ਤਾਂ ਉਹ ਕਹਿੰਦਾ ਸੱਚਾਈ ਕੀ ਜੀਤ ਹੋ ਗਈ, ਸੱਚਾਈ ਕੀ ਜੀਤ ਹੋ ਗਈ, ਐਂ ਕਰਦਾ ਜਾਂਦਾ। ਮੈਨੂੰ ਦੱਸੋ ਤੁਸੀਂ ਕਿਉਂ ਲੋਕਾਂ ਨੂੰ ਇਹ ਬੇਵਕੂਫ ਬਣਾਉਣ ਲੱਗੇ ਹੋਏ, ਝੂਠ ਬੋਲਣ ਲੱਗਿਆ ਹੋਇਆ ਸਾਰਾ ਦਿਨ। ਤਾਂ ਹੀ ਕਹਿੰਦਾ ਮੈਂ ਰਾਜ ਸਿੰਘ ਆਪਣੇ ਨਾਮ ਨਾਲ ਖਾਲਸਾ ਨਾਲ ਆਇਆ ਕਰ, ਕਿਉਂਕਿ ਖਾਲਸਾ ਸ਼ਬਦ ਬਹੁਤ ਪਵਿੱਤਰ ਆ, ਤੂੰ ਸਾਰਾ ਦਿਨ ਬੋਲਦਾ ਝੂਠ।
ਤੂੰ ਭਾਂਡੇ ਸਿੱਧੂ ਵਾਲਾ ਵੀ ਪਰਸੋਂ ਵੀਡੀਓ ਪਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ ਕਿ ਦੇਖੋ ਭਾਂਡੇ ਦੇ ਕਿੰਨਾ ਤਸ਼ੱਦਦ ਹੋਇਆ ਜੀ, ਉਹ ਤੋਂ ਤੁਰਿਆ ਨਹੀਂ ਜਾਂਦਾ ਸਭ ਕੁਝ। ਉਹ ਉਸੇ ਦਿਨ ਹੀ ਉਹਨੂੰ ਕੋਰਟ 'ਚ ਪੇਸ਼ ਕੀਤਾ, ਉਹ ਘੋੜੇ ਵਾਂਗੂ ਭੱਜਿਆ ਜਾਂਦਾ ਸੀ ਭਾਂਡਾ, ਨਾਲੇ ਕਹਿੰਦਾ ਜਾਂਦਾ ਸੀ ਸੱਚਾਈ ਕੀ ਜੀਤ ਹੋਗੀ, ਸੱਚਾਈ ਕੀ ਜੀਤ ਹੋਗੀ। ਦੱਸੋ ਉਹ ਘੋੜੇ ਵਾਂਗੂ ਭੱਜਿਆ ਜਾਂਦਾ, ਉੱਥੇ ਤਾਂ ਲੰਗੜਾਇਆ ਨਹੀਂ ਹੈਗਾ। ਕਿਉਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਯਾਰ ਸਾਰਾ ਦਿਨ ਤੁਸੀਂ? ਫਿਰ ਜਦੋਂ ਪੁਲਿਸ ਨੇ ਤੁਹਾਡੇ 'ਤੇ ਉਹ ਪਾਉਣਾ ਪਰਚਾ ਪਾਉਣਾ ਲੋਕਾਂ ਨੂੰ ਗੁੰਮਰਾਹ ਕਰਨ ਦਾ, ਫਿਰ ਤੁਸੀਂ ਕਹਿਣਾ ਪੁਲਿਸ ਨਜਾਇਜ਼ ਕਰਦੀ ਆ, ਫਿਰ ਬਦਨਾਮ ਪੰਜਾਬ ਪੁਲਿਸ ਹੁੰਦੀ ਆ। ਤੁਸੀਂ ਹਰਕਤਾਂ ਤੁਸੀਂ ਕਰਦੇ ਹੋ, ਅਸੀਂ ਇਹ ਨਹੀਂ ਕਹਿੰਦੇ ਤੁਸੀਂ ਨਾ ਪਾਓ, ਪਰ ਸੱਚਾਈ ਤਾਂ ਪਾਓ ਨਾ ਜਿੱਦਾਂ ਮੈਂ ਪਾਈ ਆ। ਪੁੱਛੋ ਰਫਤਾਰ ਨੂੰ ਮੈਂ ਫੋਨ ਕੀਤਾ ਕਿ ਨਹੀਂ ਕੀਤਾ ਪਰਸੋਂ, ਉਸ ਬਾਈ ਨੂੰ ਨਾਲ ਲੈ ਕੇ ਬਲਜੀਤ ਨੂੰ, ਜਿਹੜੇ ਮੈਨੂੰ ਕਰਦੇ ਸੀ ਨਾ ਸਵਾਲ। ਪੁੱਛੋ ਰਫਤਾਰ ਨੂੰ ਕਿ ਤੇਰਾ ਚਾਚਾ ਏਜੰਟੀ ਕਰਦਾ 2 ਨੰਬਰ ਦੀ, ਕਰਾਏਗਾ ਕਾਰਵਾਈ ਉੱਤੇ? ਨਹੀਂ ਤਾਂ ਮੈਂ ਤਾਂ ਕਿਰਾਏ ਲੈਣੀ ਆ, ਸਭ ਕੁਝ ਕਰਾ ਲੈਣਾ ਮੈਂ ਤਾਂ, ਫਿਰ ਮੈਂ ਤਾਂ ਫਿਰ ਡੰਡੇ ਦੇ ਜ਼ੋਰ 'ਤੇ ਵੀ ਲੈ ਲੂੰ ਪੈਸੇ, ਕੋਈ ਗੱਲ ਲੈ ਕੇ ਵੀ ਦਿਖਾਓ ਤੈਨੂੰ ਹੁਣ। 7 ਲੱਖ ਵਿਦ ਇੰਟਰਸਟ ਵਿਦ ਪਾਸਪੋਰਟ ਲੈ ਕੇ ਦਿਖਾਓ, ਉਸ ਭੈਣ ਨੂੰ ਵੀ ਸਾਫ ਲੈ ਕੇ ਦਊ ਜਿਹੜੀ ਬੈਠ ਗਈ ਆ ਕੇ ਵਿਚਾਰੀ ਵਾਪਸ। ਤੁਸੀਂ ਗਲਤ ਜਗ੍ਹਾ, ਹੁਣ ਤੁਸੀਂ ਬਹੁਤ ਜਗ੍ਹਾ ਗਲਤ ਕਰ ਰਹੇ ਹੋ, ਹੁਣ ਬਹੁਤ ਗਲਤ ਜਗ੍ਹਾ ਪੰਗਾ ਲੈ ਲਿਆ ਐਤਕੀ ਤੁਸੀਂ। ਤੁਹਾਡੇ ਨਾਲ ਤਾਂ ਰੱਬ ਵੀ ਨਹੀਂ ਖੜਾ, ਰੱਬ ਵੀ ਤੁਹਾਡੇ ਦਿਖਾ ਰਿਹਾ ਲਿਆ ਲਿਆ ਕੇ ਅੱਗੇ ਅੱਗੇ ਰੱਖ ਰਿਹਾ ਚੀਜ਼ਾਂ, ਹਜੇ ਵੀ ਸ਼ਰਮ ਕਰ ਲਓ, ਬਹਿ ਜਾਓ ਟਿੱਕੇ ਘਰੇ, ਬਹਿ ਜਾਓ ਘਰੇ ਟਿੱਕੇ, ਠੀਕ ਨਹੀਂ? ਬਹਿ ਜਾਓ ਘਰੇ ਟਿੱਕੇ, ਜੇ ਸੱਚਾ ਹੋਊਗਾ ਤਾਂ ਬਾਹਰ ਆ ਜਾਊਗਾ, ਜੇ ਸੱਚਾ ਹੋਊ ਤਾਂ ਬਾਹਰ ਆ ਜਾਊ। ਉਹ ਕੋਰਟ ਨੇ ਛੱਡਣਾ, ਇਹ ਨਹੀਂ ਹੈਗਾ ਕਿ ਇਕੱਠ ਕਰਕੇ ਬਾਹਰ ਕਢਾ ਲਉਂਗੇ, ਛੱਡ ਦਿਓ ਫਿਰ। ਇਸ ਤੋਂ ਦੁੱਗਣਾ ਇਕੱਠ ਫਿਰ ਭਾਈ ਅੰਮ੍ਰਿਤਪਾਲ ਸਿੰਘ ਲਈ ਹੋਊਗਾ, ਇਸ ਤੋਂ ਦੁੱਗਣਾ ਇਕੱਠ ਸਾਰਾ ਪੰਜਾਬ ਜਾਮ ਕਰ ਦਾਂਗੇ, ਸਾਰਾ ਪੰਜਾਬ, ਕਿ ਉਹਨਾਂ ਨੂੰ ਵੀ ਕੱਢੋ ਬਾਹਰ। ਜੇ ਇਹਨੂੰ ਕੱਢਣਾ ਵਾ ਬਲੈਕਮੇਲਰ ਨੂੰ, ਫਿਰ ਭਾਈ ਅੰਮ੍ਰਿਤਪਾਲ ਸਿੰਘ ਦਾ ਕੋਈ ਕਸੂਰ ਨਹੀਂ ਸੀ, ਉਹਨੂੰ ਵੀ ਕੱਢੋ ਬਾਹਰ। ਹੱਦ ਹੋ ਗਈ ਯਾਰ, ਮੈਂ ਤਾਂ ਕਹਿੰਦਾ ਇਹਨਾਂ ਲੋਕਾਂ ਦੀ ਇਕੱਠ ਕਰ ਲਿਆ ਜੀ, ਦੱਸੋ। ਸੋ ਮੈਂ ਹੀ ਕਹੂੰਗਾ ਰੁਲਦੂ ਸਿੰਘ ਮਾਨਸਾ, ਰਫਤਾਰ ਤੇ ਲੱਖਾ ਸਿਧਾਣਾ, ਮੈਨੂੰ ਮੇਰੀ ਜਵਾਬ ਦੇ ਦੇਣ ਗੱਲਾਂ ਦਾ। ਦਿੱਤਾ ਤਾਂ ਇਹਨਾਂ ਨੇ ਕਦੇ ਅੱਜ ਤੱਕ, ਹੈ ਨਹੀਂ ਨਾ ਦੇਣਾ ਵਾ। ਪਰ ਮੈਂ ਤਾਂ ਇਹ ਕਹੂੰਗਾ, ਦੀਪ ਸਿੱਧੂ ਨੂੰ ਜਿਹੜੇ ਪਿਆਰ ਕਰਦੇ ਨੇ ਉਹ ਇਹਦੀ ਵੀਡੀਓ ਦੇਖਣ, ਰੁਲਦੂ ਸਿੰਘ ਮਾਨਸਾ ਨੂੰ ਕੀ ਸ਼ਬਦ ਬੋਲ ਰਿਹਾ ਹਜੇ ਵੀ, ਫਿਰ ਰਫਤਾਰ ਦੇਖੇ ਵੀਡੀਓ ਮੇਰੀ ਤੇ ਦਵੇ ਜਵਾਬ, ਲੱਖਾ ਸਿਧਾਣਾ ਜਵਾਬ ਦਵੇ ਕਿ ਭਾਈ ਅੰਮ੍ਰਿਤਪਾਲ ਸਿੰਘ ਲਈ ਕੱਟ ਕਿਉਂ ਨਹੀਂ ਕੀਤਾ ਉਹਨੇ, ਕਿਉਂ ਨਹੀਂ ਰੋਡ ਜਾਮ ਕੀਤੇ, ਠੀਕ ਨਹੀਂ? ਇਹ ਸਾਰੇ ਸਵਾਲਾਂ ਦੇ ਜਵਾਬ ਤਾਂ ਅੱਜ ਨਹੀਂ ਤਾਂ ਕੱਲ੍ਹ ਨੂੰ ਦੇਣੇ ਪੈਣੇ ਆ।